ਬਾਣੀ ਤੇ ਬੁਲਾਉਂਦੇ ਨੇ ਸਹੇ ਤਰ੍ਹਾਂ ਨੇਤਰਾਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਉਂਦੇ ਨੇ ਸਹੇ ਤਰ੍ਹਾਂ ਸਾਰੇ ਇੰਦਰੀਆਂ ਤੋਂ ਕੰਮ ਲੈਣ ਦੀ ਸਾਨੂੰ ਜੁਗਤੀਆਂ ਦੱਸਦੇ ਨੇ ਦਿਨ ਰਾਤ ਪੈਰ ਸਤਸੰਗ ਦੇ ਵਿੱਚ ਆਉਂਦੇ ਆ ਅਸੀਂ ਉਹਨਾਂ ਨੂੰ ਸਾਡਿਆਂ ਨੂੰ ਸਫਲੇ ਕਰਾਉਂਦੇ ਨੇ ਇਹਦੇ ਬਜਾਏ ਦੁਨੀਆਂ ਦੇ ਵਿੱਚ ਸਾਰਾ ਕੁਝ ਪਰਮੇਸ਼ਰ ਨੇ ਦੇ ਦਿੱਤਾ ਇਨਸਾਨ ਨੂੰ ਔਰ ਚਾਹੇ ਉਹ ਨਾਮ ਜਪੇ ਨਾ ਜਪੇ ਉਹਦੀ ਆਪਣੀ ਮਰਜ਼ੀ ਲੇਕਿਨ ਕਿਰਪਾ ਦੇ ਬਿਨਾਂ ਨਹੀਂ ਜਪਿਆ ਜਾ ਸਕਦਾ ਤਾਂ ਇਸ ਤਰ੍ਹਾਂ ਕਰਕੇ ਉਹਨਾਂ ਦਾ ਆਉਣਾ ਸੰਸਾਰ ਤੇ ਤਾਂ ਹੀ ਸਾਨੂੰ ਹੁੰਦਾ ਹੈ
Thank you.
Oh,
आप सभी चित विद्या का भी गुरु गज के बोलो सतनाम कारोबार संकोच दे रहे आप गुरु दरबार में पहुंचे हो दूर दराज तो महाराज की प्रेरणा के नाल पूर्णमासी का दिहाड़ा जान के गुरु दरबार पहुंचे हो जिन्हें कदम कोई चल के आंदा है उन्हें जगह का फल उस प्राप्त होया कर ऐसा सारे अनुभवी महापुरुषों का वचन है। वो फल की करता है वो कलयुग के नाल युद्ध करता है कलयुग नूं नेड़े नहीं आउण दिंदा उन फिर सत्संग च लियाऊ पुन फिर सत्संग च लियाऊ होर पुन बदलगे हौली हौली उहदे मन विच हो जाएगा कि मैं नगुरा हाँ गुरु वाला बन जावा पंज प्यारियां तो नाम की दात प्राप्त करके महापुरशां नूं पुछ के इहदी आराधना ते इहदी साधना कर जिस नाल साडा वाह पैंदा है वो कोई एवें नहीं है भूत प्रेत वो सब कुछ सुनता है। अरदास महाराज कहते प्रभ की प्रभ पास जन की अरदास तू सच्चा साईं हे वाहिगुरु तू सच्चा साईं है तेरे को मेरी अरदास है होर मैं कितने अरदास नहीं करता किसी मड़ी नू मसाणी नू किसी देवी देवता किसी पीर पैगंबर औलिया मेरी अरदास तेरे को पहला मैं तेनों ध्यान फिर कहां होर ध्यान करना क्योंकि गुरु तेरे रूप ने इस करके प्रथम भगवती सिमर कह गुरु नानक नहीं दिया भगवती वाहगुरु जी का दी शक्ति का नाम है क्यों तू रखवाला सदा सदा हम तुरते आई जी जंत सब तेरे आ तू रहा समाई कोई थां ऐसा नहीं जिथे मेरे प्यारे तू ना हो मेरी अरदास कितने सतमें आसमान च जाके नहीं सुननी भी राह च रह जूगी जे मैं ना भी बोलना ता भी तू जानता है मेरे बोलिया सब कुछ जानता क्योंकि तू हर थान दे हर घटते तेरा वासा है पर जेड़े तेरे बन गए जे कोई ओरी निंदा करता है किसी तरीके नाल ऊट पटांग गल्लां करता है दुखी बनता है जेड़ा तेरा बन गया उन्होंने फिर तू मार के पचा देना गाल देना महाराज कहते प्यारे हो चिंता छोड़ो अचिंत रहो वाहिगुरु के चरणा लागे ओरी शरण बचारो इस तरह पढ़ लो शरण विचारो मन रे शरण Thank you.
ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਚੰਦ ਜਿਹੜਾ ਸਾਰੇ ਆਸਰੇ ਛੱਡ ਕੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਉਹ ਬੇਵਾਰਸਾ ਨਹੀਂ ਰਹਿਣ ਦਿੰਦਾ, ਛਾਤੀ ਨਾਲ ਲਾ ਲੈਂਦਾ। ਇਹ ਉਹਦਾ ਬਿਰਧ ਹੈ, ਉਹਦਾ ਸੁਭਾਅ ਹੈ ਵਾਹਿਗੁਰੂ ਦਾ। ਸੋ ਜੋ ਉਸਨੂੰ ਤੰਗ ਕਰਦਾ ਹੈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਬਚਾਈ, ਜਿਹੜਾ ਤੰਗ ਕਰਦਾ ਉਹਦੇ ਪਿਆਰੇ ਨੂੰ ਸ਼ਰਨ ਚਾਉਣ ਤੋਂ ਬਾਅਦ ਉਹਨੂੰ ਫਿਰ ਮਾਰ ਕੇ ਖਤਮ ਕਰ ਦਿੰਦਾ। ਗੁਰੂ ਮਹਾਰਾਜ ਨੇ ਸ਼ਰਨ ਦੀਆਂ ਚਾਰ ਮਿਸਾਲਾਂ ਇਸ ਵਿੱਚ ਦਿੱਤੀਆਂ। ਪਹਿਲੀ ਹੈ, ਜੇ ਸਿਮਰਤ ਗਨਕਾ ਸੀ ਉਹਦੇ ਲਈ ਤਾਂ ਕੋ ਜਸ ਉਧਾਰੋ, ਉਹਦਾ ਜਸ ਹਿਰਦੇ 'ਚ ਧਾਰਨ ਕਰ ਲਓ। ਮਹਾਰਾਜ ਜੀ ਦੀਵਾਨ ਲਾਇਆ ਕਰਦੇ ਸੀ, ਉਹ ਤਕਰੀਬਨ ਇਸ ਸ਼ਬਦ ਦਾ ਹੀ ਦੀਵਾਨ ਹੁੰਦਾ ਉਹਨਾਂ ਦਾ ਹੱਥਾਂ ਦੇ ਉੱਤੇ, ਕਿਤੇ ਕਿਤੇ ਹੋਰ ਵੀ ਹੁੰਦੇ। ਸਾਡੇ ਮਨ 'ਚ ਖਿਆਲ ਆ ਜਾਣਾ ਵੀ ਇਹ ਉੱਥੇ ਵੀ ਸੁਣਿਆ, ਉੱਥੇ ਵੀ ਸੁਣਿਆ, ਉੱਥੇ ਵੀ ਸੁਣਿਆ, ਸਮੇਂ ਲੰਘ ਗਏ। ਲੇਕਿਨ ਜਿਉਂ ਜਿਉਂ ਅੰਦਰ ਤਰੱਕੀ ਹੁੰਦੀ ਗਈ, ਤਿਉਂ ਤਿਉਂ ਇਹਦਾ ਭਾਵ ਵਡੇਰਾ ਹੁੰਦਾ ਗਿਆ। ਹੁਣ ਸਮਝ ਵਿੱਚ ਆਈ ਆ ਗੱਲ, ਹੈ ਇਹ ਤਾਂ ਬੜਾ ਭਾਰਾ ਉਪਦੇਸ਼ ਸੀ ਛੁਪਿਆ ਹੋਇਆ, ਅਸੀਂ ਤਾਂ ਐਵੇਂ ਹੀ ਉੱਤੋਂ ਹੀ ਲੰਘ ਜਾਂਦੇ ਸੀ। ਸੋ ਮਹਾਰਾਜ ਕਹਿੰਦੇ ਵੀ ਜਿਹਦੇ ਸਿਮਰਨ ਦੇ ਨਾਲ, ਯਾਦ ਕਰਨ ਦੇ ਨਾਲ ਗਨਕਾ ਵਰੀ ਉਹਦੇ ਲਈ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਉਹਦਾ ਜਸ ਹਿਰਦੇ 'ਚ ਧਾਰਨ ਕਰੋ ਤਾਂ ਕਾ ਜਸ ਉਰ ਧਾਰ ਅਟਲ ਹੋਏ ਉਹ ਤੂੰ ਜਾ ਕੇ ਸਿਮਰਨ। ਆਹ ਨਿਰਭੈ ਬਲ ਪਾਇਆ ਇੱਕ ਬੱਚਾ 5 ਸਾਲ ਦਾ, ਦੇਖੋ ਕਿਹਾ ਗਿਆ ਪਿਆਰ ਹੈ। 5 ਸਾਲ ਦਾ ਬੱਚਾ ਵਾਹਿਗੁਰੂ ਨੂੰ ਪਿਆਰ ਕਰਦਾ, ਭੋਲਾ ਭਾ ਹੈ, ਕੋਈ ਚਰਾਕੀ ਨਹੀਂ। ਸਾਡੇ ਤਾਂ ਚਰਾਕੀਆਂ ਹੀ ਨਹੀਂ ਸਾਨੂੰ ਵਾਹਿਗੁਰੂ ਨਾਲ ਜੁੜਨ ਦਿੰਦੀਆਂ। ਹਜ਼ਾਰਾਂ ਗੱਲਾਂ ਸਾਡੇ ਵਿੱਚ ਵਾਹਿਗੁਰੂ ਤੋਂ ਵਿਪਰੀਤ ਸਾਰਾ ਦਿਨ ਆਉਂਦੀਆਂ ਰਹਿੰਦੀਆਂ। ਸਾਡੇ ਮਨ 'ਚ ਉਹਦਾ ਭਰੋਸਾ ਨਹੀਂ, ਅਸੀਂ ਤੜਫਦੇ ਹਾਂ, ਬਿਲਕਦੇ ਹਾਂ, ਰੌਲਾ ਪਾਉਂਦੇ ਹਾਂ, ਮੇਰਾ ਇਹ ਹੋ ਗਿਆ, ਇਹ ਹੋ ਗਿਆ, ਕਿਉਂ ਉਹਦਾ ਭਰੋਸਾ ਨਹੀਂ ਸਾਡੇ ਮਨ 'ਚ। ਉਹਦੇ ਮਨ ਵਿੱਚ ਪੂਰਾ ਭਰੋਸਾ ਸੀ ਅਤੇ ਭਰੋਸੇ ਨਾਲ ਉਹ ਪਦ ਪ੍ਰਾਪਤ ਹੋ ਗਿਆ ਜਿਹੜਾ ਹਾਲ ਤੱਕ ਕਿਸੇ ਨੂੰ ਫੇਰ ਮਿਲਿਆ ਹੀ ਨਹੀਂ। ਥੋੜ੍ਹੇ ਜਿਹੇ ਮਹਾਂਪੁਰਸ਼ਾਂ ਤੋਂ ਬਿਨਾਂ, ਬ੍ਰਹਮ ਗਿਆਨੀਆਂ ਤੋਂ ਬਿਨਾਂ ਸਾਕਾਰ ਮੰਡਲ ਦੇ ਵਿੱਚ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਇਆ। ਫੇਰ ਕਹਿੰਦੇ ਦੁੱਖ ਹਰਤਾ ਇਹ ਵੀ ਕੋ ਸਵਾਮੀ, ਜਿਹੜਾ ਇਹ ਜੇ ਦੁੱਖਾਂ ਦਾ ਖਾਤਮਾ ਕਰ ਦਿੰਦਾ ਤਾਂ ਕਾਹੇ ਵਿਸਰਾਇਓ, ਤੂੰ ਕਿਉਂ ਭੁੱਲਿਆ ਫਿਰਦਾ ਉਸਨੂੰ। ਇਸ ਕਰਕੇ ਵੀ ਤੈਨੂੰ ਨਿਸ਼ਚਾ ਨਹੀਂ ਆਉਂਦਾ, ਅੰਦਰ ਤੇਰੇ ਸ਼ੱਕ ਦੀ ਬਹੁਤ ਵੱਡੀ ਰਾਸ ਪਈ ਹੈ, ਸ਼ੱਕ ਰਹਿੰਦਾ ਤੇ ਭਰੋਸਾ ਨਾ ਆਉਣ ਕਰਕੇ ਮਹਾਰਾਜ ਕਹਿੰਦੇ ਉਹ ਵਿਸਰਿਆ ਰਹਿੰਦਾ। ਐਸਾ ਜੋ ਸਵਾਮੀ ਹੈ ਦੁੱਖ ਹਰਤਾ ਜੇ ਵਿਦਕੋ ਸਵਾਮੀ, ਇਹ ਵਿਦਕੋ ਸਵਾਮੀ ਤੈਂ ਕਾਹੇ ਵਿਸਰਾਇਓ। ਇਹ ਕਹਿੰਦੇ ਵਾਹਿਗੁਰੂ ਮਨੁੱਖਾਂ ਦੀ ਤਾਂ ਰੱਖਿਆ ਕਰਦਾ ਹੀ ਹੈ, ਜਾਨਵਰਾਂ ਦੀ ਵੀ ਕਰਦਾ, ਜਬ ਹੀ ਸ਼ਰਨ ਗਈ ਕਿਰਪਾ ਨਿੰਦ ਗਜ ਗਰਾਹ ਤੇ ਛੁੱਟਾ। ਇੱਕ ਹਾਥੀ ਨੂੰ ਤਾਂਦੂਏ ਨੇ ਫੜ ਲਿਆ, ਡੁੱਬਣ ਲੱਗੇ ਦਾ ਧਿਆਨ ਵਾਹਿਗੁਰੂ 'ਚ ਰਹਿ ਗਿਆ। ਇੱਕ ਹਾਕ ਮਾਰੀ ਰਾਹ, ਅੱਧਾ ਹੀ ਕਹਿੰਦੇ ਨੇ ਵੀ ਅੱਧਾ ਹੀ ਕਿਹਾ ਉਹਨੇ, ਬਾਬਾ ਨਹੀਂ ਕਹਿ ਸਕਿਆ। ਉਸੇ ਵੇਲੇ 4 ਉਂਗਲ ਉਹਦੀ ਸੁੰਡ ਬਾਹਰ ਸੀ, ਬਹੁਤ ਤੇਜ਼ੀ ਨਾਲ ਪਾਣੀ 'ਚ ਖਿੱਚੀ ਲਈ ਜਾਂਦਾ ਸੀ ਉਹਨੂੰ, ਗਹਿਰੇ 'ਚ ਸੁੰਡ 'ਚ ਪਾਣੀ ਪੈ ਜਾਂਦਾ, ਉਹਨੇ ਮਰ ਜਾਣਾ ਸੀ। ਉੱਥੋਂ ਹੀ ਸਾਹ ਹੁੰਦਾ ਉਹਨੂੰ। ਉਸ ਵੇਲੇ 1 ਸਕਿੰਟ ਦਾ ਬਹੁਤਾ ਹੁੰਦਾ, ਸਕਿੰਟ ਤੋਂ ਵੀ 1000ਵਾਂ ਗੁਣਾ ਘੱਟ, ਆ ਕੇ ਉਹਦੇ ਤੰਦ ਕੱਟਣੇ ਸ਼ੁਰੂ ਕਰ ਦਿੱਤੇ। ਉਹਨੂੰ ਲਗਾ ਤਾ ਮਹਿਮਾ ਨਾਮ ਕਹਾਂ ਲੋ ਵਾਨੋ, ਰਾਮ ਕਹਿਤ ਬੰਧਨ ਤੇ ਝੂਟਾ। ਅਜਾਮਲ ਪਾਪੀ ਜਗ ਜਾਣੇ, ਅਜਾਮਲ ਇੱਕ ਮਹਾਂ ਪਾਪੀ ਸੀਗਾ, ਜਮ ਪਤਤ ਅਜਾਮਲ ਪਾਵ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ। ਕਹਿੰਦੇ ਸਿਰਫ ਉਹਨੇ 1 ਵਾਰੀ ਨਾਰਾਇਣ ਕਿਹਾ ਸੀ, ਉਹਦੇ ਨਾਲ ਹੀ ਛੁੱਟ ਗਿਆ।
ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਪਈ ਪਾਵਨੀ ਜਮ ਕੰਕਰ ਮਾਰ ਬਟਾਰੇ। ਕਹਿੰਦੇ ਧਰੂ ਰਾਜਾ ਉਤਾਨ ਪਾਤ ਦਾ ਪੁੱਤਰ ਸੀ, ਦੋ ਰਾਣੀਆਂ ਸਨ ਉਸ ਵੇਲੇ ਸੁਰਚੀ ਤੇ ਸੁਨੀਤੀ। ਪਹਿਲੀ ਰਾਣੀ ਦੇ ਬਹੁਤ ਦੇਰ ਤੱਕ ਔਲਾਦ ਨਾ ਹੋਈ। ਰਾਜਾ 40-45 ਸਾਲ ਦੇ ਉੱਤੇ ਹੋ ਗਿਆ। ਅਮੀਰਾਂ ਵਜ਼ੀਰਾਂ ਨੇ ਕਿਹਾ ਕਿ ਮਹਾਰਾਜ ਰਾਜਿਆਂ ਦਾ ਕੋਈ ਐਸਾ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਕਿੰਨੀ ਦੇਰ ਜਿਉਂਦੇ ਰਹਿਣ। ਅੱਜ ਯੁੱਧ ਹੋਣ ਲੱਗ ਜਾਵੇ, ਰਾਜੇ ਨੇ ਅੱਗੇ ਹੋ ਕੇ ਲੜਨਾ, ਉਹ ਤਾਂ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਜਿੱਤ ਕੇ ਵਾਪਸ ਆ ਜਾਂਦਾ। ਜੇ ਰਾਜਕੁਮਾਰ ਅੱਗੇ ਨਾ ਹੋਵੇ ਤਾਂ ਗੱਦੀ ਸੁੰਨੀ ਸੁੰਨੀ ਲੱਗਦੀ ਆ, ਹਨੇਰਾ ਲੱਗਦਾ ਪੌਲਤ ਨੂੰ ਵੀ ਇਹਨਾਂ ਤੋਂ ਬਾਅਦ ਕੀ ਹੋਏਗਾ ਸਾਡਾ ਹਾਲ। ਬਸ਼ੀਰ ਸਾਰਿਆਂ ਨੇ ਸਲਾਹ ਕਰੀ, ਕਿਹਾ ਮਹਾਰਾਜ ਇਸ ਰਾਣੀ ਤੋਂ ਜੇ ਪੁੱਤਰ ਨਹੀਂ ਹੋਇਆ ਤਾਂ ਹੋਰ ਸ਼ਾਦੀ ਕਰ ਲਓ। ਰਾਜਾ ਕਹਿਣ ਲੱਗਾ ਬੜੀ ਮੁਸ਼ਕਿਲ ਹੈ, ਰਾਣੀ ਮੈਨੂੰ ਬਹੁਤ ਪਿਆਰ ਕਰਦੀ ਹੈ, ਮੈਂ ਵੀ ਉਸਨੂੰ ਕਰਦਾ, ਹੋਵੇ ਪੁੱਤਰ ਨਾ ਹੋਵੇ ਪਰ ਮੈਂ ਉਹਦੇ ਉੱਤੋਂ ਦੀ ਹੋਰ ਸ਼ੌਕਣ ਸਾੜਾ ਖੜਾ ਨਹੀਂ ਕਰ ਸਕਦਾ। ਵਾਰ ਵਾਰ ਕਹਿਣ ਦੇ ਉੱਤੇ ਰਾਜਾ ਮੰਨ ਗਿਆ। ਰਾਣੀ ਨੂੰ ਪਤਾ ਲੱਗਿਆ, ਉਹ ਬੜੀ ਚਿੰਤਾ ਦੇ ਕਹਿਣ ਲੱਗੀ, ਰਾਜਨ ਜੇ ਤੁਸੀਂ ਵਿਆਹ ਕਰਾਉਣਾ ਤਾਂ ਮੇਰੀ ਛੋਟੀ ਭੈਣ ਹੈ, ਮੈਂ ਉਹਦਾ ਰਿਸ਼ਤਾ ਲੈ ਆਉਂਦੀ ਹਾਂ, ਅਸੀਂ ਭੈਣਾਂ ਭੈਣਾਂ ਕੱਟਣੇ ਹੈਗੇ ਆ, ਉਹਦੀ ਔਲਾਦ ਮੇਰੀ ਔਲਾਦ ਹੋਏਗੀ, ਰਿਸ਼ਤਾ ਲੈ ਆਈ। ਪਰ ਭੈਣ ਦਾ ਸਵਾਜ ਦੇ ਨਾਲੋਂ 100% ਉਲਟਾ, ਈਰਖਾ ਕਰਨ ਵਾਲੀ, ਦੁਆਇਤ ਦੇ ਵਿੱਚ ਰਹਿਣ ਵਾਲੀ, ਬੈਰ ਭਾਵ ਦਿਲ 'ਚ ਰੱਖਣ ਵਾਲੀ, ਸੈਲਫਿਸ਼। ਉਹਦੇ ਮਨ ਵਿੱਚ ਹੈ ਕਿ ਮੇਰੇ ਪੁੱਤਰ ਹੋਵੇ, ਇਹਨੂੰ ਮੈਂ ਇੱਥੋਂ ਰਾਜੇ ਦੇ ਕੋਲੋਂ ਹਟਾਏ ਦੇਵਾਂ। ਜੋਤਸ਼ੀਆਂ ਨੂੰ ਨਾਲ ਲਾ ਲਿਆ, ਆਪ ਕਹਿਣ ਲੱਗੀ। ਜੋਤਸ਼ੀ ਕਹਿੰਦੇ ਮਹਾਰਾਜ ਜੇ ਜਿੰਨੀ ਦੇਰ ਤੱਕ ਇਹ ਰਾਣੀ ਮਹਿਲਾਂ 'ਚ ਰਹੇਗੀ ਪੁੱਤਰ ਨਹੀਂ ਹੋ ਸਕਦਾ। ਰਾਣੀ ਨੂੰ ਹੋਰ ਮਹਿਲ ਦੇ ਵਿੱਚ ਭੇਜਤਾ, ਕਈ ਪ੍ਰੇਮੀਆਂ ਦਾ ਖਿਆਲ ਹੈ ਵੀ ਜੰਗਲ 'ਚ ਭੇਜਤਾ। ਅਤੇ ਇਸ ਤਰ੍ਹਾਂ ਇਹ ਇੱਥੇ ਰਹਿਣ ਲੱਗ ਗਏ, ਉਹ ਦੂਰ ਰਹਿਣ ਲੱਗ ਗਈ। ਪਰ ਵਾਹਿਗੁਰੂ ਜੀ ਦੀ ਕੁਦਰਤ, ਉਸਦੇ ਪੁੱਤਰ ਪਹਿਲਾਂ ਹੋ ਗਿਆ ਜਿਸਦਾ ਨਾਮ ਧਰੂਵ ਸੀ, ਇਹਦੇ ਪੁੱਤਰ ਬਾਅਦ ਵਿੱਚ ਹੋਇਆ ਜਿਸਦਾ ਨਾਮ ਊਧਮ ਸੀ। ਮਨ ਵਿੱਚ ਬੜਾ ਸਾੜਾ ਹੋਇਆ, ਇਹ ਰਾਜਕੁਮਾਰ ਤਾਂ ਇਹੀ ਹੈ, ਮੇਰਾ ਲੜਕਾ ਤਾਂ ਕੇਵਲ ਕੁਮਾਰ ਹੈ, ਕਮਰ ਹੈ, ਇਹ ਰਾਜਕੁਮਾਰ ਨਹੀਂ ਹੈ। ਐਸੇ ਜਤਨ 'ਚ ਰਹਿਣ ਲੱਗੀ ਕਿ ਉਸਦੇ ਪੁੱਤਰ ਦਾ ਮਿਲਾਪ ਰਾਜੇ ਨਾਲ ਨਾ ਹੋਣ ਦਿੱਤਾ। ਹਰ ਵਕਤ ਰਾਜੇ ਨੂੰ ਜੋਤਸ਼ੀਆਂ ਵਗੈਰਾ ਤੋਂ ਵਹਿਮ ਪਵਾ ਕੇ ਰੱਖਦੇ ਸੀ, ਉਹ ਮਿਲਦਾ ਹੀ ਨਹੀਂ ਸੀ। ਇੱਕ ਦਿਨ ਬੱਚੇ ਬਹੁਤ ਸਾਰੇ ਰਿਸ਼ੀ ਕੁਮਾਰਾਂ ਦੇ ਰਾਜੇ ਦੇ ਬਾਗ ਵਿੱਚ ਆ ਕੇ, ਰਾਜਾ ਪਾਰਕ ਵਿੱਚ ਬੈਠਾ ਸੀ, ਦੇਖਿਆ ਵੀ ਰਿਸ਼ੀ ਕੁਮਾਰ ਆਏ ਨੇ, ਉਹਨਾਂ ਦੇ ਨਾਲ ਇਹ ਧਰੂਵ ਆ ਗਿਆ। ਬੱਚੇ ਬੁਲਾ ਲਏ, ਚੌਕਦਾਰ ਨੂੰ ਕਿਹਾ ਜਾਓ ਮਠਿਆਈ ਦੇ ਡੱਬੇ ਲੈ ਕੇ ਆਓ। ਬੱਚੇ ਗਿਣੋ ਕਿੰਨੇ ਨੇ, ਇਹਨਾਂ ਦੇ ਵੱਧ ਲੈ ਕੇ ਆਏ। ਉਸ ਵੇਲੇ ਬੱਚਿਆਂ ਨੂੰ ਬੁਲਾ ਕੇ ਲਾਈਨ ਲਵਾ ਲਈ, ਇੱਕ ਗੱਲ ਕਹਿੰਦਾ ਵੀ ਆਹ ਲਓ ਮਠਿਆਈ, ਤੇਰੇ ਪਿਤਾ ਦਾ ਨਾਂ, ਉਹ ਕਹਿੰਦਾ ਫਲਾਣਾ ਮੁਨੀ, ਫਲਾਣਾ ਰਿਸ਼ੀ, ਫਲਾਣਾ ਮੁਨੀ, ਫਲਾਣਾ ਰਿਸ਼ੀ, ਕਿਉਂਕਿ ਰਿਸ਼ੀ ਵੀ ਵਿਆਹ ਕਰਾ ਲਿਆ ਕਰਦੇ ਸੀ, ਮੁਨੀ ਵੀ ਵਿਆਹ ਕਰਾ ਲਿਆ ਕਰਦੇ ਸੀ, ਕੁਮਾਰੇ ਨਹੀਂ ਸੀ ਰਹਿੰਦੇ। ਅਖੀਰ ਦੇ ਉੱਤੇ ਧਰੂਵ ਸਾਰਿਆਂ ਨਾਲ ਛੋਟਾ 5 ਸਾਲ ਦਾ ਸੀ, ਇਹਦੇ ਜਦ ਵਾਰੀ ਆਈ, ਮਾਂ ਨੇ ਕਦੇ ਜ਼ਿਕਰ ਹੀ ਨਹੀਂ ਸੀ ਕਰਿਆ ਵੀ ਤੇਰਾ ਪਿਤਾ ਰਾਜਾ, ਭਾਣੇ ਵਿੱਚ ਰਾਜੀ ਰਹਿੰਦੀ ਸੀ। ਉਸਨੂੰ ਪੁੱਛਿਆ ਗਿਆ ਬੇਟਾ ਤੇਰਾ ਅਤੇ ਤੇਰੇ ਪਿਤਾ ਦਾ ਨਾਮ, ਮਾਂ ਕਹਿਤਾ ਉਹਨੇ, ਮਾਂ ਕਹਿੰਦੇ ਮਾਂ ਨਹੀਂ ਪਿਤਾ ਜਾਗਦਾ ਬੱਚਿਆਂ ਵੱਲ, ਉਹ ਕਹਿੰਦੀ ਇਹਨੂੰ ਪਤਾ ਨਹੀਂ ਹੈ। ਕਹਿੰਦੇ ਕਿਹਦਾ ਲੜਕਾ ਹੈ, ਕੁਛ ਪਤਾ ਹੈ? ਕਹਿੰਦੇ ਹਾਂਜੀ, ਸਾਡੇ ਮਾਂ ਬਾਪ ਕਹਿੰਦੇ ਹੁੰਦੇ ਨੇ ਇਹ ਰਾਜੇ ਦਾ ਲੜਕਾ ਹੈ।
ਉਹਨੇ ਆਪਣੀ ਰਾਣੀ ਨੂੰ ਬਣਵਾਸ ਦਿੱਤਾ, ਬਣਾ 'ਚ ਰਹਿਣ ਵਾਸਤੇ ਭੇਜਤਾ। ਸਮਝ ਗਿਆ ਵੀ ਇਹ ਤਾਂ ਇਹਨ ਬਿੰਨ ਮੇਰੀ ਸ਼ਕਲ ਹੈ, ਮੇਰਾ ਹੀ ਪੁੱਤਰ ਹੈ। ਪਿਆਰ ਆਇਆ, ਪਿਆਰ ਆਉਣ ਦੇ ਨਾਲ ਉਹਨੇ ਬੱਚੇ ਨੂੰ ਬੁਲਾਇਆ, ਮਠਿਆਈ ਦਾ ਡੱਬਾ ਵੀ ਦੇ ਤਾ ਅਤੇ ਚੱਕ ਕੇ ਗੋਦੀ 'ਚ ਬਿਠਾ ਲਿਆ ਪਿਆਰ ਕਰਨ ਲਈ। ਉਧਰਲੇ ਪਾਸੇ ਉਹਦੀ ਮਤੇਰ ਮਾਂ ਚਿੱਕ ਵਿੱਚੋਂ ਦੇਖ ਰਹੀ ਸੀ। ਉਹ ਪਹਿਲਾਂ ਹੀ ਸਮਝ ਗਈ ਵੀ ਆ ਗਿਆ ਇਹ, ਜੇ ਰਾਜੇ ਨੇ ਇਹਨੂੰ ਪਿਆਰ ਕਰ ਲਿਆ ਬਸ ਮੇਰਾ ਪੁੱਤਰ ਤਾਂ ਗਿਆ ਅਤੇ ਇਹ ਤਖ਼ਤ 'ਤੇ ਬੈਠੇਗਾ, ਕਿਉਂਕਿ ਈਰਖਾ ਦੀ ਬਿਮਾਰੀ ਬਹੁਤ ਬੁਰੀ ਆ। ਮਹਾਰਾਜ ਕਹਿੰਦੇ ਜਿਹਦੇ ਅੰਦਰ ਈਰਖਾ ਹੋਵੇ ਨਾ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਿਆ ਕਰਦਾ। ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਨਹੀਂ ਹੁੰਦਾ। ਅੱਜ ਕੀ ਹੈ, ਅਸੀਂ ਆਪ ਨਿਗਾਹ ਮਾਰ ਕੇ ਦੇਖੋ, ਸਾਰੇ ਈਰਖਾ ਦੇ ਬਿਮਾਰ। ਸੰਤ ਨੂੰ ਸੰਤ ਦੀ ਈਰਖਾ ਹੈ, ਦੁਕਾਨਦਾਰ ਨੂੰ ਦੁਕਾਨਦਾਰ ਦੀ ਈਰਖਾ ਹੈ, ਟਰਾਂਸਪੋਰਟਰ ਨੂੰ ਟਰਾਂਸਪੋਰਟਰ ਦੀ ਈਰਖਾ ਹੈ। ਦੋ ਭਰਾ ਘਰ 'ਚ ਰਹਿੰਦੇ ਨੇ, ਦੋਹਾਂ ਦੇ ਵਿੱਚ ਆਪਸ ਵਿੱਚ ਈਰਖਾ ਹੈ, ਭਾਈਚਾਰੇ ਨਾਲ ਈਰਖਾ ਹੈ, ਈਰਖਾ ਦੇ ਬਿਮਾਰ ਪਏ। ਇਹਦਾ ਇਲਾਜ ਨਹੀਂ ਅਸੀਂ ਕਰਦੇ। ਮਹਾਰਾਜ ਕਹਿੰਦੇ ਇਹਦਾ ਇਲਾਜ ਹੈ ਸਾਧੂ ਦੀ ਸੰਗਤ। ਨਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਾਏ। ਉਹ ਈਰਖਾ ਦੀ ਬਿਮਾਰ ਤਪ ਰਹੀ ਹੈ, ਲਾਲ ਸੁਰਖ ਚਿਹਰਾ ਹੁਣ ਜਦ ਰਾਜੇ ਨੇ ਗੋਦੀ 'ਚ ਬਿਠਾ ਲਿਆ, ਬਹੁਤ ਕਾਹਲੀ ਨਾਲ ਆਈ ਆ ਕੇ ਰਾਜੇ ਦੇ ਗੋਦੀ 'ਚੋਂ ਬਾਂਹ ਫੜੀ। ਛੋਟਾ ਬੱਚਾ ਸੀ, ਤਗੜੀ ਸੀ, ਭਗਾ ਕੇ ਮਾਰਿਆ ਜਿਵੇਂ ਇੱਟ ਵੱਟਾ ਮਾਰੀਦਾ। ਇੱਥੇ ਹੀ ਬਸ ਨਹੀਂ ਕਰੀ, ਉਹ ਬੱਚਾ ਸੰਭਲਿਆ, ਖੜਾ ਹੋ ਗਿਆ, ਖੱਬੇ ਹੱਥ ਦੀ ਚਪੇੜ ਸੱਜੀ ਗੱਲ ਅਤੇ ਸੱਜੇ ਹੱਥ ਦੀ ਖੱਬੀ ਗੱਲ 'ਤੇ ਇੰਨੇ ਜ਼ੋਰ ਦੀਆਂ ਮਾਰੀਆਂ, ਗੋਰਾ ਸ਼ੋਅ ਉਹਦਾ ਰੰਗ ਅਤੇ ਪੰਜੇ ਉਂਗਲਾਂ ਦਾ ਨਿਸ਼ਾਨ ਪੈ ਗਿਆ, ਨੀਲ ਪੈ ਗਿਆ। ਬੱਚਾ ਰੋਣ ਲੱਗ ਗਿਆ। ਰਾਜੇ ਦੂਜੇ ਬੱਚੇ ਸਾਰੇ ਉੱਥੋਂ ਇਹਨੂੰ ਲੈ ਕੇ ਆ ਗਏ। ਘਰ ਆਇਆ ਤਾਂ ਮਾਤਾ ਨੇ ਦੇਖਿਆ ਵੀ ਰੋ ਰਿਹਾ ਮੇਰਾ ਬੱਚਾ, ਇਹ ਤਾਂ ਕਦੇ ਕਿਸੇ ਨੂੰ ਛੇੜਦਾ ਨਹੀਂ, ਕਦੇ ਕੋਈ ਗਲਤ ਗੱਲ ਨਹੀਂ ਕਰਦਾ, ਵੀ ਹੋਇਆ ਕੀ? ਪੁੱਛਿਆ ਬੱਚਿਆਂ ਨੂੰ, ਕਹਿਣ ਲੱਗੇ ਵੀ ਸਾਨੂੰ ਤਾਂ ਪਤਾ ਨਹੀਂ, ਵੀ ਅਸੀਂ ਰਾਜੇ ਦੇ ਚਲੇ। ਕਹਿੰਦੀ ਬੇਟਾ ਫਿਰ ਕੀ ਹੋਇਆ? ਤੂੰ ਕਹਿੰਦਾ ਮਾਂ ਮੈਂ ਕੋਈ ਗੱਲ ਨਹੀਂ ਕਰੀ, ਉਹ ਰਾਜਾ ਜਿਹੜਾ ਹੈ ਉਸਨੇ ਮੈਨੂੰ ਗੋਦੀ 'ਚ ਬਿਠਾ ਲਿਆ ਅਤੇ ਕਹਿਣ ਲੱਗਿਆ ਇਹ ਤਾਂ ਮੇਰਾ ਪੁੱਤਰ ਹੈ। ਇੱਕ ਬੀਬੀ ਆਈ ਚਿੱਕ ਦੇ ਉਹਲੇ ਖੜੀ, ਸਭ ਕੁਝ ਦੇਖ ਰਹੀ ਸੀ। ਮੈਂ ਵੀ ਦੇਖਿਆ ਸੀ ਉਹਦੇ ਵੱਲ, ਉਹ ਬਹੁਤ ਡਰਾਉਣੀ ਸ਼ਕਲ ਸੀ ਉਹਦੀ। ਉਹਨੇ ਆਉਂਦੀ ਨੇ ਮੇਰਾ ਮੋਢਾ ਫੜਿਆ, ਮੈਨੂੰ ਛਿੜਤਾ ਧਰਤੀ 'ਤੇ ਅਤੇ ਨਾਲ ਮੇਰੇ ਦੋ ਚਪੇੜਾਂ ਮਾਰੀਆਂ ਅਤੇ ਇੱਕ ਗੱਲ ਉਹਨੇ ਬਹੁਤ ਬੁਰੀ ਕਹੀ। ਕਹਿਣ ਲੱਗੀ ਜੇ ਇਸ ਗੋਦੀ 'ਚ ਬੈਠਣਾ ਸੀ ਤਾਂ ਉਸ ਨਿਕਰਮਣ ਦੇ ਕਿਉਂ ਤੂੰ ਪੈਦਾ ਹੋਇਆ? ਮੇਰੇ ਪੇਟ 'ਚੋਂ ਪੈਦਾ ਹੁੰਦਾ ਫਿਰ ਤੂੰ ਇਸ ਗੋਦੀ 'ਚ ਬੈਠ, ਤੇਰੀ ਕੀ ਜ਼ਰੂਰਤ ਪਈ ਇੱਥੇ ਆ ਕੇ ਬੈਠਣ ਦੀ? ਮਾਤਾ ਉਸਨੇ ਮੈਨੂੰ ਬਹੁਤ ਕਬੂਲ ਵੀ ਕਹੇ ਅਤੇ ਮੇਰੇ ਚਪੇੜਾਂ ਵੀ ਮਾਰੀਆਂ। ਮੈਂ ਤਾਂ ਕੋਈ ਕਸੂਰ ਨਹੀਂ ਸੀ ਕਰਿਆ। ਮਾਂ ਵੀ ਰੋਣ ਲੱਗ ਗਈ, ਕਹਿਣ ਲੱਗਿਆ ਮਾਤਾ ਤੈਨੂੰ ਤਾਂ ਮਾਰਿਆ ਨਹੀਂ ਕਿਸੇ ਨੇ, ਤੂੰ ਕਿਉਂ ਰੋਂਦੀ ਹੈ? ਕਹਿਣ ਲੱਗੇ ਬੇਟਾ ਉਹ ਤੇਰਾ ਪਿਤਾ ਹੀ ਹੈ, ਉਹ ਮਾਂ ਨਾਲ ਹੀ ਤੇਰੀ ਮਾਸੀ ਹੈ। ਮੈਂ ਤਾਂ ਰੋਂਦੀ ਹਾਂ ਵੀ ਕਿਸੇ ਦੇ ਕਰਮ ਲੈ ਕੇ ਅਸੀਂ ਜੰਮੇ ਹਾਂ। ਰਾਜੇ ਦਾ ਲੜਕਾ ਹੁੰਦਾ ਹੋਇਆ ਤੂੰ ਰਾਜਗੱਦੀ ਤੋਂ ਖਾਲੀ ਹੈ। ਉਹ ਕਹਿਣ ਲੱਗਿਆ ਮਾਤਾ ਕੀ ਕਸਰ ਰਹਿ ਗਈ? ਕਹਿੰਦੀ ਕਸਰ ਇਹ ਰਹਿ ਗਈ, ਤੈਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਮੈਂ ਵੀ ਤਪ ਨਹੀਂ ਕਰਿਆ। ਰਾਜੇ ਦੇ ਤਾਂ ਅਸੀਂ ਆ ਗਏ ਪਰ ਉਹ ਸਹੂਲਤਾਂ ਨਾ ਸਾਨੂੰ ਮਿਲੀਆਂ, ਹੱਕ ਨਾ ਸਾਨੂੰ ਮਿਲੇ, ਕਿਉਂਕਿ ਤੈਂ ਵੀ ਪਿਛਲੇ ਜਨਮ 'ਚ ਭਗਤੀ ਨਹੀਂ ਕਰੀ, ਤੇਰਾ ਵੀ ਤਪ ਘੱਟ ਹੈ, ਮੇਰਾ ਵੀ ਤਪ ਘੱਟ ਹੈ, ਮੈਂ ਵੀ ਭਗਤੀ ਨਹੀਂ ਕਰੀ। ਇਸ ਤਰ੍ਹਾਂ ਦੇ ਨਾਲ ਪੜ੍ਹ ਲਓ ਪਿਆਰ ਨਾਲ।
जन्म दी मैं राजे की लड़की हाँ, जन्म तो सवाणी हाँ, ब्याह मेरा होया पर नाम का भगती करन दिता, बहल का नाम नहीं जपया, भगती का कोई कर्म नहीं करया। कह लगे फिर अपन राज मिलना ही नहीं, जे मिलना है तो तू मैं दस किस दम ते राज मिले। ते जिहड़े साडे नाल दुश्मनियां करते ने, लागबाजियां करते, ये किवें मित्र हो सकते हैं? शत्रु तो होवन सब मित्र। मां कह लगी बेटा जिसने संसार नूं बनाया वो परिपूर्ण वाहगुरु सारिया का रख है, हरेक की गल सुनता, कीड़ी की भी गल सुनता, हाथी की भी सुनता। हाथी की चिंगाड़ पल पाछे पहुंचता है, चीटी की पुकार पहले ही सुनिए। हाथी की चिंगाड़ तो पिछों पहुंचती है, तो कीड़ी की जिहड़ी पुकार है वह भी वह पहला सुन लैंदा। बेटा इह जिहा वाहगुरु है, सारिया चीजा का वो दाता है, जो मंगया जाए उही तो मिल जाया कर। उदा नाम जपना पैंदा है, कुछ मंगना है राज की है, जो मंगेगा वह प्राप्त हो जाएगा। Thank you.
ਸੇਵ ਹਰ ਕੇ ਚਰਨ ਰਸਾਇਣ ਜੋ ਵੀ ਦੁਨੀਆਂ ਦੀ ਕੋਈ ਚੀਜ਼ ਹੈ ਉਹ ਪ੍ਰਾਪਤ ਹੋ ਜਾਇਆ ਕਰਦੀ ਜਨਮ ਮਰਨ ਦੋਹੂੰ ਤੇ ਛੁੱਟ ਹੈ ਪਗ ਜਲ ਜਲ ਚਿਤਰਾ ਇੱਥੇ ਤੱਕ ਕਿ ਜਨਮ ਮਰਨ ਦਾ ਜੋ ਚੱਕਰ ਇਸ ਜੀਵ ਦੇ ਗਲ ਪਿਆ ਹੋਇਆ ਉਹ ਵੀ ਟੁੱਟ ਜਾਂਦਾ ਸੋ ਪਿਆਰਿਆ ਬੇਟਾ ਆਪਾਂ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ ਉਹ ਸਾਡੇ ਚਿੱਤ ਵਿੱਚ ਨਹੀਂ ਵਸਿਆ ਜੇ ਉਹ ਮੇਰੇ ਚਿੱਤ ਵਿੱਚ ਜਾਂ ਤੇਰੇ ਚਿੱਤ ਵਿੱਚ ਵਸਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਮੈਨੂੰ ਦੇਖਣੇ ਪੈਂਦੇ ਨਾ ਤੈਨੂੰ ਦੇਖਣੇ ਪੈਂਦੇ ਪਰ ਜੇ ਤੂੰ ਪਰਮੇਸ਼ੁਰ ਦੀ ਆਰਾਧਨਾ ਕਰੇ ਤਾਂ ਪਵਿੱਤਰ ਵੀ ਹੋ ਜਾਈਦਾ ਅਤੇ ਵੱਡੀ 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 ਤੋਂ ਵੱਡੀ ਪਦਵੀ ਵੀ ਪ੍ਰਾਪਤ ਹੁੰਦੀ ਹੈ ਰਾਜ ਕਿਸ ਤਰ੍ਹਾਂ
ਦੁਬਲਾ ਨੰਗ ਭੋਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀ ਸਵਾਰ ਸਵਾਰ ਨਾ ਕੋ ਕਰੇ ਨਾ ਕੁਛ ਹੋਵੈ ਕਾ ਚਿਤਾਵੈ ਉਸ ਪਾਰ ਬ੍ਰਹਮ ਤਰਨੇ ਚਿਰ ਹੋਵੈ ਬੇਟਾ ਇੱਕ ਵੀ ਰੁਪਈਆ ਇੱਕ ਵੀ ਪੈਸਾ ਨਾ ਹੋਵੇ ਕਮਜ਼ੋਰ ਹੋਵੇ ਬੰਦਾ ਜੇ ਕੋਈ ਕੰਮ ਕਰਦਾ ਹੱਥ ਪਾਉਂਦਾ ਮਿੱਟੀ ਬਣ ਜਾਂਦਾ ਹੋਵੇ ਜ਼ੋਰ ਲਾਉਂਦਾ ਕੁਛ ਹੱਥ ਵਿੱਚ ਆ ਨਹੀਂ ਰਿਹਾ ਬੇਅੰਤ ਪ੍ਰੇਮੀ ਆ ਜਿਹੜੇ ਮੇਰੇ ਕੋਲ ਸ਼ਿਕਾਇਤਾਂ ਕਰਦੇ ਆ ਜੀ ਕਾਰੋਬਾਰ ਕਰਦੇ ਹਾਂ ਹੋ ਨਹੀਂ ਰਿਹਾ ਹੋ ਕੀ ਗਿਆ ਸਾਡੇ ਕਾਰੋਬਾਰ ਨੂੰ ਮਹਾਰਾਜ ਕਹਿੰਦੇ ਹੋਇਆ ਨਹੀਂ ਤੂੰ ਪਰਮੇਸ਼ੁਰ ਨੂੰ ਭੁੱਲ ਗਿਆ ਚਿੱਤ 'ਚ ਨਹੀਂ ਹੈ ਤੇਰੇ ਉੱਤੋਂ ਤੂੰ ਰੱਬ ਨੂੰ ਰੱਬ ਕਰਦਾ ਉੱਤੋਂ ਉੱਤੋਂ ਵਾਹਿਗੁਰੂ ਕਰਦਾ ਚਿੱਤ 'ਚ ਮਿਸਾਲ ਹੈ ਜੇ ਚਿੱਤ ਆ ਜਾਵੇ ਤਾਂ ਸੁਣ ਕਿੰਨੇ ਫਾਇਦੇ ਨੇ ਸਾਰੀ ਦੁਨੀਆ ਸੁੱਖਾਂ ਦੇ ਸੁੱਖਾਂ ਦੀ ਤਲਾਸ਼ ਵਿੱਚ ਹੈ ਪਰ ਕਿਸੇ ਨੂੰ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਬੇਅੰਤ ਯਤਨ ਕਰਦੇ ਨੇ ਕੋਈ ਕਹਿੰਦਾ ਮੇਰੇ ਪੁੱਤਰ ਹੋ ਜੇ ਫਿਰ ਸੁੱਖ ਹੋਏਗਾ ਕੋਈ ਕਹਿੰਦਾ ਮੇਰਾ ਪੁੱਤਰ ਪੜ੍ਹ ਲਿਖ ਜਾਵੇ ਫਿਰ ਸੁੱਖ ਹੋਏਗਾ ਮੇਰੇ ਪੁੱਤਰ ਜਿਹੜਾ ਚੰਗੇ ਜੋਬ 'ਤੇ ਲੱਗ ਜਾਵੇ ਫਿਰ ਸੁੱਖ ਹੋਏਗਾ ਵਿਆਹ ਜਾਵੇ ਫਿਰ ਸੁੱਖ ਹੋਏਗਾ ਇਹਦੇ ਕਾਂ ਫਿਰ ਉਹ ਜਿਵੇਂ ਰਾਤ ਹੋ ਜਾਵੇ ਫਿਰ ਮੈਨੂੰ ਸੁੱਖ ਹੋਏਗਾ ਸੁੱਖ ਦੀ ਤਲਾਸ਼ ਵਾਸਤੇ ਆਦਮੀ ਥਾਂ ਥਾਂ 'ਤੇ ਭਟਕਦਾ ਫਿਰਦਾ ਸਮੁੰਦਰਾਂ ਦੇ ਥੱਲੇ ਜਾਂਦਾ ਪਹਾੜਾਂ ਦੀਆਂ ਪੇਟ ਵਿੱਚ ਜਾ ਕੇ ਕਾਨਾਂ 'ਚ ਜਾ ਕੇ ਕੋਲਾ ਕੱਢਦਾ ਹੋਰ ਚੀਜ਼ਾਂ ਕੱਢਦਾ ਫੌਜਾਂ ਵਿੱਚ ਜਾਂਦਾ ਹੋਰ ਅਨੇਕਾਂ ਵੀ ਸੁੱਖ ਮਿਲ ਜਾਵੇ ਮਹਾਰਾਜ ਕਹਿੰਦੇ ਪਿਆਰਿਆ ਸੁੱਖ ਦਾ ਫਾਰਮੂਲਾ ਜਿੰਨਾ ਚਿਰ ਤੈਨੂੰ ਨਹੀਂ ਆਉਂਦਾ ਨਾ ਜਿੰਨਾ ਤੇਰਾ ਜੀ ਕਰਦਾ ਖਪ ਲੈ ਸੁੱਖ ਦੀ ਪ੍ਰਾਪਤੀ ਕਦੇ ਨਹੀਂ ਹੋਏਗੀ ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ ਤਾਂ ਸੁੱਖ ਦੀ ਪ੍ਰਾਪਤੀ ਤਾਂ ਇੱਕ ਪਾਸੇ ਰਹਿ ਗਈ ਫਿਰ ਤਾਂ ਉਹਦੀ ਜਿਹੜੀ ਹਾਲਤ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ Yeah.
ਸੁੱਖ ਕਿਉਂ ਹੁਣ ਸੁੰਦਰ ਸੇਜ ਅਨੇਕ ਸੁੱਖ ਸੁੱਖਾਂ ਦੀ ਕੋਈ ਗਿਣਤੀ ਨਾ ਹੋ ਰਸ ਭੋਗਣ ਪੂਰੇ ਸਾਰੇ ਰਸਾਂ ਨੂੰ ਭੋਗ ਸਕਦਾ ਹੋਵੇ ਗ੍ਰਹਿ ਸੋਏ ਘਰ ਦੇ ਵਿੱਚ ਸੋਨੇ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਉੱਤੇ ਹੀਰੇ ਜਵਾਹਰਾਤ ਲੜਕ ਰਹੇ ਨੇ ਛੱਤ ਦੇ ਨਾਲ ਚੰਦਰ ਕੈਂਡਲਾਂ ਜਲਣ ਵਾਲੇ ਲੜਕ ਰਹੇ ਨੇ ਬਹੁਤ ਹੀ ਰੰਗਾਂ ਰੰਗਾਂ ਦੇ ਲਾਏ ਹੋਏ ਨੇ ਉੱਥੇ ਸ਼ੀਸ਼ੇ ਮੋਤੀ ਹੀਰੇ ਲੱਗੇ ਹੋਏ ਨੇ ਚੰਦਨ ਦੀਆਂ ਸੁਗੰਧੀਆਂ ਦੂਰ ਦੂਰ ਤੱਕ ਆਉਂਦੀਆਂ ਜੋ ਮਨ ਦੇ ਵਿੱਚ ਆ ਗਿਆ ਉਹ ਸੁੱਖ ਦੀ ਪ੍ਰਾਪਤੀ ਹੋ ਗਈ ਕੋਈ ਕਮੀ ਨਾ ਹੋਵੇ ਕਿਸੇ ਸੁੱਖ ਤੋਂ ਕੋਈ ਬਿਮਾਰੀ ਨਾ ਹੋਵੇ ਪਰ ਜੇ ਵਾਹਿਗੁਰੂ ਦਾ ਨਾਮ ਚਿੱਤ ਨਹੀਂ ਆਉਂਦਾ ਵਾਹਿਗੁਰੂ ਚਿੱਤ ਨਹੀਂ ਆਉਂਦਾ ਕਹਿੰਦੇ ਫਿਰ ਉਹ ਸੋਬਰਾ ਜਿਤਨਾ ਆਵੇ ਵਿਸ਼ਟਾ ਕਿਉਂ ਬਿਨਾਂ ਹਰ ਨਾਮ ਦਾ ਸ਼ਾਂਤ ਹੋਏ ਕਿਤੇ ਬਿਧ ਬਣਤੀ ਬਿਨਾਂ ਨਾਮ ਤੋਂ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਜਿਸਦੇ ਮਨ ਵਿੱਚ ਸ਼ਾਂਤੀ ਹੈ ਨਾਮ ਵਸਿਆ ਹੋਇਆ ਹੈ ਉਹ ਰਾਜਿਆਂ ਦਾ ਰਾਜਾ ਹੁੰਦਾ ਮਹਾਰਾਜ ਕਹਿੰਦੇ ਵਿਘਨ ਸਾਰੇ ਤਾਂ ਆਉਂਦੇ ਨੇ ਜੇ ਨਾਮ ਨੂੰ ਭੁੱਲਦਾ ਨਾਮ ਨੂੰ ਯਾਦ ਕਰ ਲਓ ਕਦੇ ਵਿਘਨ ਨਹੀਂ ਆਏਗਾ ਮਿੰਤਾ ਕਰਨ ਦੀ ਕਿਤੇ ਲੋੜ ਨਹੀਂ ਨਾਮ ਜਪ ਲਓ ਨਾਮ ਜਪ ਕੇ ਵਿਘਨਾਂ ਦਾ ਖਾਤਮਾ ਹੋ ਜਾਂਦਾ ਉਹ ਬਿਲਬਦਾ ਰਹਿੰਦਾ ਹੈ ਜਿਵੇਂ ਸੁਣੇ ਕਾਂ ਘਰ ਵਿੱਚ ਕਾਂ ਬੜੇ ਕਾਂ 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 ਕਰਦਾ ਕਿਉਂਕਿ ਉਹਨੂੰ ਖਾਣ ਨੂੰ ਕੁਛ ਨਹੀਂ ਮਿਲਦਾ ਇਸੇ ਤਰ੍ਹਾਂ ਉਹ ਦਿਨ ਅਤੇ ਰਾਤ ਬਿਲਪਦਾ ਉਲਾਂਭੇ ਦਿੰਦਾ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਕਿਉਂਕਿ ਵਿਘਨ ਲੱਗ ਗਿਆ ਵਿਘਨ ਲੱਗੇ ਤਾਂ ਵਾਹਿਗੁਰੂ ਨੂੰ ਭੁੱਲਿਆ ਕੋਟ ਵਿਘਨ ਤਿਸ ਲੱਗਦੇ ਜਿਸ ਨੂੰ ਵਿਸਰਾ ਨਾ ਨਾਨਕ ਆਮਦਨ ਬਿਲ ਬਤੇ ਜਿਉਂ ਸਮਝਾਇਆ ਕਰ ਕੌਣ ਸੋ ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਨਾ ਜਪਦਾ ਉਹ ਬੰਦਾ ਵਿਚਾਰ ਕਰੇ 83,99,999 ਜੂਨਾਂ ਵਿੱਚ ਸਰੀਰ ਧਾਰਨ ਕਰੇ ਅਨੇਕ ਕਿਸਮ ਦਾ ਸਰੀਰ ਧਾਰਨ ਕਰੇ ਐਂ ਪੜ ਲਓ ਕਿਤੇ ਨਾ ਕੁਲੀ ਆਏ ਕਿਤੇ ਆਹ
ਨਾਗਾਂ ਦੀਆਂ 360 ਕੁਲਾਂ ਉਹਦੇ ਵਿੱਚ ਹੀ ਰੰਗ ਸੁਵੰਨੇ ਨਾਗ ਬਣੇ, ਕਿਤੇ ਬਹੁਤ ਜ਼ਹਿਰੀਲੇ, ਕਿਤੇ ਥੋੜ੍ਹੀ ਜ਼ਹਿਰ ਵਾਲੇ, ਕਿਤੇ ਬਹੁਤ ਭਾਰੇ, ਕਿਤੇ ਅਲਦਹਾ, ਬਹੁਤ ਵੱਡੇ ਵੱਡੇ ਤੱਤ। ਮਹਾਰਾਜ ਕਹਿੰਦੇ ਚਿਰੰਕਾਰ ਦੇ ਸੁੰਦਰੀਆ ਮਿਲ ਜਗਦੀਸ਼ ਮਿਲਣ ਕੀ ਵਾਰੀ। ਜੇ ਨਹੀਂ ਪਰਮੇਸ਼ਰ ਦੇ ਨਾਮ ਵੱਲ ਲੱਗਦਾ ਜੀਵ, ਮਹਾਰਾਜ ਕਹਿੰਦੇ ਉਹ ਘਾਤ ਕਰ ਰਿਹਾ, ਹੱਤਿਆ ਕਰ ਰਿਹਾ। ਹੱਤਿਆ 6 ਹੱਤਿਆ ਹੁੰਦੀਆਂ। ਜਦ ਗੁਰੂ ਨਾਨਕ ਸਾਹਿਬ ਕਾਬਾ ਸ਼ਰੀਫ ਮੱਕੇ ਵਿੱਚ ਗਏ, ਉੱਥੇ ਗੁਰੂ ਮਹਾਰਾਜ ਨੂੰ ਪੁੱਛਿਆ ਗਿਆ, ਰੁਕਨਦੀਨ ਨੇ ਸਵਾਲ ਕਰਿਆ ਕਿ ਹੇ ਨਾਨਕ, ਇਹ ਜੇ ਸੰਸਾਰ ਦੇ ਵਿੱਚ ਗੁਨਾਹ ਕੀਤੇ ਜਾਂਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਆ? ਮਹਾਰਾਜ ਕਹਿੰਦੇ ਹਾਂ, ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਐਵੇਂ ਹੀ ਗੁਨਾਹ ਹੋ ਜਾਂਦਾ ਹੈ ਜਿਹੜਾ ਕਰਨਾ ਨਹੀਂ ਅਸੀਂ ਚਾਹੁੰਦੇ, ਕੀੜੇ ਤੁਰੇ ਜਾ ਰਹੇ ਨੇ ਉੱਤੇ ਦੀ ਡੰਡੀ ਦੇ, ਪੈਰ ਧਰ ਧਰ ਕੇ ਮਸਲ ਦੇ ਤੁਰੇ ਜਾ ਰਹੇ, ਪਤਾ ਨਹੀਂ ਹੁੰਦਾ ਬੇਸੁਰਤੀ ਜਾਤ ਵੀ ਤੁਰਿਆ ਜਾ ਰਿਹਾ। ਇਹਨੂੰ ਅਚੇਤ ਕਹਿੰਦੇ ਨੇ, ਸਹਿ ਸੁਭਾਅ ਪਾਪ ਕਰ ਦੇਣਾ। ਦੂਸਰੇ ਹੁੰਦੇ ਨੇ ਜਿਹੜਾ ਪਤਾ ਹੁੰਦਾ ਇਸ ਨੂੰ ਵੀ ਮੈਂ ਪਾਪ ਕਰ ਰਿਹਾ, ਕਹਿੰਦੇ ਉਹਨਾਂ ਦਾ ਬਦਲਾ ਮਿਲਦਾ ਹੈ। ਜਿਵੇਂ ਕੋਈ ਮਾਸ ਖਾਣਾ ਹੈ, ਜਾਨਵਰ ਦਾ ਗਲ ਵੱਢਦਾ, ਫਿਰ ਭਾਈ ਉਹਦਾ ਵੀ ਵੱਢਾ ਵੱਢਣਾ ਪੈਂਦਾ। ਇਹਦਾ ਹਰ ਕਰਮ ਜਿਹੜਾ ਫਲ ਦਿੰਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਕਬੀਰ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕਹਿੰਦੇ ਜਿਹੜੇ ਜਾਨਵਰ ਮਾਰ ਕੇ ਰੋਟੀ ਖਾਂਦੇ ਨਾ, ਕਹਿੰਦੇ ਫਿਰ ਆਪਦਾ ਵੀ ਗਲਾ ਕੱਟਣਾ। ਇਸ ਤੋਂ ਚੰਗਾ ਇਹ ਹੈ ਵੀ ਸਿੱਧੀ ਸਿੱਧੀ ਜਿਹੜਾ ਪ੍ਰਸ਼ਾਦਾ ਹੈ ਉਹ ਸਾਰਿਆਂ ਨਾਲੋਂ ਵੱਧ। ਕਬੀਰ, ਖੂਬ ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਸੋ ਇਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਪਾਪ 96 ਕਰੋੜ ਪਾਪ ਜਮ੍ਹਾਂ ਕਰ ਲਓ। 96 ਕਰੋੜ ਕਦੇ ਥੋੜ੍ਹੇ ਪਾਪ ਨਹੀਂ ਹੁੰਦੇ। ਫਿਰ ਇੱਕ ਪਾਪ ਹੈ ਜਿਹਾ ਜਿਹਨੂੰ ਹੱਤਿਆ ਕਹਿੰਦੇ ਨੇ, ਗਊ ਨੂੰ ਮਾਰ ਦੇਣਾ, ਗਰੀਬ ਨੂੰ ਮਾਰ ਦੇਣਾ, ਆਪਣੀ ਲੜਕੀ ਨੂੰ ਮਾਰ ਦੇਣਾ, ਪੈਸਾ ਲੈ ਕੇ ਮੁੱਕਰ ਜਾਣਾ, ਧੋਖਾ ਦੇ ਦੇਣਾ ਅਤੇ ਆਤਮਾ ਦਾ ਘਾਤ ਕਰ ਲੈਣਾ। ਇਹ 6 ਹੱਤਿਆ ਨੇ। ਇਹ 6 ਹੱਤਿਆ ਜਿਹੜੀਆਂ ਹੁੰਦੀਆਂ ਨੇ, ਇਹ 5,76,00,000,000 ਪਾਪ ਦੇ ਬਰਾਬਰ 6 ਹੱਤਿਆ ਹੋਇਆ ਕਰਦੀਆਂ। ਅਤੇ 100 ਹੱਤਿਆ ਦੇ ਬਰਾਬਰ ਹੁੰਦਾ ਹੈ ਜੇ ਪਿਓ ਨੂੰ ਮਾਰ ਦੇਵੇ, 1,000 ਹੱਤਿਆ ਦੇ ਬਰਾਬਰ ਹੁੰਦਾ ਜੇ ਮਾਂ ਨੂੰ ਮਾਰ ਦੇਵੇ। ਪਾਪ ਵੱਧਦੇ ਤੁਰੇ ਜਾਂਦੇ। ਫਿਰ ਉਹ ਜਿਹੜੇ ਹਥਿਆਰੇ ਨੇ ਕੁੰਭੀ ਨਰਕ 'ਚ ਗਿਰਦੇ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਈਆਂ ਤਿਉਂ ਮੱਥਾ ਕਰ ਬਣਾਏ। ਮਹਾਰਾਜ ਕਹਿੰਦੇ ਜਿਹੜਾ ਹੁਣ ਨਾਮ ਨਹੀਂ ਨਾ ਜਪਦਾ, ਉਹ ਬੜਾ ਮੁਸ਼ਕਲ ਦੇ ਨਾਲ ਵੇਲਾ ਉਹਦੇ ਹੱਥ ਵਿੱਚ ਆਇਆ। ਮਹਾਰਾਜ ਖਬਰਦਾਰ ਕਰਦੇ ਨੇ ਸਾਨੂੰ, ਐ ਪੜ੍ਹ ਲਓ, ਤੇਰਾ ਜਨਮ ਅਮੋਲ ਦੇਖਿਆ, ਤੇਰਾ ਜਨਮ ਅਮੋਲ ਦੇਖਿਆ।
ਜੋ ਮਨ ਫਲ ਪਾ ਕੇ ਪੁਆਏ ਜਿਹੜੇ ਬਾਹਰ ਨਾ ਲੱਗੇ ਨਾਲ ਮੁੜਕੇ ਤਾਂ ਟਾਣੀ ਨਾਲ ਲੱਗਣਾ ਨਹੀਂ ਪਿਆ ਜੋ ਕਰਨਾ ਹੋ ਤੋ ਸੋ ਮੈਂ ਕੀ ਉਹ ਪਰੇ ਉਹ ਲੋਭ ਕਹਿ ਫਨ ਨਾਨਕ ਸਮੇਂ ਉਹ ਰਾਮ ਕਿਉਂ ਆਪ ਕੇ ਉਹ ਰੋਹ ਬਤਨ ਟਾਈਮ ਲਗਾ ਤਾ ਅੱਜ ਕੱਲ੍ਹ ਕਰਦੇ ਕਰਦੇ ਅੱਜ ਜਪਾਂਗੇ ਕੱਲ੍ਹ ਨੂੰ ਸ਼ੁਰੂ ਕਰਾਂਗੇ ਪਰਸੋਂ ਨੂੰ ਕਰਾਂਗੇ ਆਪ ਵਿਆਹ ਕਰ ਲਈਏ ਆਹ ਖੇਤੀ ਵੱਢ ਲਈਏ ਅਫਲਾਣਾ ਕਰ ਲਈਏ ਤਿੰਨਤਾ ਕਰ ਲਈਏ ਬਹਾਨੇ ਹਜ਼ਾਰਾਂ ਹੀ ਨੇ ਪਾਪ ਕਰਨ ਵਾਸਤੇ ਕੋਈ ਬਹਾਨਾ ਨਹੀਂ ਉਸੇ ਵੇਲੇ ਤਿਆਰ ਹੋ ਜਾਂਦਾ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਨਾਨਕ ਅੱਜ ਕੱਲ੍ਹ ਆਪਸੀ ਗਾਫਲ ਫੇਈ ਫੇਈ ਫੇ ਤੇਰੇ ਗਲ ਵਿੱਚ ਫਾਹੀ ਪੈਣ ਵਾਸਤੇ ਆਏ ਰਹੀ ਹੈ ਉਹ ਫਾਹੀ ਨੇ ਕੀ ਕਰਨਾ ਹੈ ਜਮਦੂਤਾਂ ਦੇ ਲੈ ਜਾਣਾ ਤੈਨੂੰ ਤੇਰਾ ਜਾਨ ਕੱਢ ਕੇ ਸੋ ਜੋ ਨਾਮ ਨਹੀਂ ਜਪਦਾ ਮੁੜ ਕੇ ਉਹਨੂੰ ਨਿਖਿਧ ਦੁਨੀਆਂ 'ਚ ਫੇਰ ਜਾਣਾ ਪੈਂਦਾ ਉਹ ਆਤਮਾ ਦਾ ਘਾਤ ਕਰਦਾ ਮਹਾਂ ਪਾਪੀ ਹੁੰਦਾ ਐਸਾ ਮਹਾਰਾਜ ਪ੍ਰਵਾਨ ਕਰਦੇ ਨੇ ਉਹ ਆਤਮ ਘਾਤੀ ਨਾ ਕੋਈ ਬੱਕਰੇ ਮਾਰੇ ਨੇ ਨਾ ਕੋਈ ਬੰਦੇ ਮਾਰੇ ਨੇ ਨਾ ਕੋਈ ਸਮਗਲਿੰਗ ਕੀਤੀ ਹੈ ਕੇਵਲ ਨਾਮ ਨਾ ਜਪਣਾ ਹੀ ਆਤਮ ਘਾਤੀ ਕਹਾਉਂਦਾ ਪਾਪ ਕਿੰਨਾ ਹੁੰਦਾ ਹੈ 96 ਕਰੋੜ ਪਾਪਾਂ ਦੇ ਬਰਾਬਰ ਪਾਪੀ ਹੋ ਜਾਂਦਾ ਮਹਾਰਾਜ ਕਹਿੰਦੇ ਦੁਲਭ ਪਾਈ ਦੁਲਭ ਦੇ ਪਾਈ ਵਡਭਾਗੀ ਪਿਆਰਿਆ ਵੱਡੇ ਭਾਗਾਂ ਦੇ ਨਾਲ ਤੈਨੂੰ ਆ ਦੇਹ ਮਿਲੀ ਸੀ ਨਾਮ ਨਾ ਜਪੇ ਤੇ ਆਤਮ ਘਾਤੀ ਜਿਹੜੇ ਨਾਮ ਨਹੀਂ ਜਪਦੇ ਆਤਮਘਾਤ ਕਰ ਰਹੇ ਨੇ ਮਰਨਾ ਜਾਈ ਜਿਹਨਾਂ ਬਿਸਰਤ ਰਾਮ ਕਹਿੰਦੇ ਮਰਦਾ ਕਿਉਂ ਨਹੀਂ ਹੈ ਵਾਹਿਗੁਰੂ ਨੂੰ ਭਲੋ ਭਲਾਇਆ ਇਸਨੇ ਨਾਮ ਵਿਹੂਨ ਜੀਵਨ ਕੌਣ ਕਾਮ ਦੱਸੋ ਤਾਂ ਸਹੀ
ਨਾਮ ਤੋਂ ਬਿਨਾਂ ਜੀਵਨ ਕਿਸ ਕੰਮ ਹੈ ਬਈ? ਪੈਸਾ ਕਮਾਉਣ ਵਾਸਤੇ ਪੈਸਾ ਤੇਰੇ ਨਾਲ ਜਾਣਾ, ਕਬੀਰ ਹੈ ਤਨ ਜਾਏਗਾ, ਸਕੋ ਤਲੇ ਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਮਕਾਨ ਬਣਾਉਣੇ ਨੇ, ਸੁਰਤ ਇੱਥੇ ਰਹਿ ਗਈ ਅੰਤਕਾਲ ਜੋ ਮੰਦਰ ਸਿਮਰਿਆ, ਐਸੀ ਚਿੰਤਾ ਮੈਂ ਜੇ ਮਰੈ ਪਗ ਪ੍ਰੇਤ ਜੋ ਨੂੰ ਹੋਏ ਬਲ ਬਲ ਉਤਰੈ। ਜਿਹੜਾ ਮਕਾਨ ਬਣਾ ਲਏ, ਕੋਠੀਆਂ ਬਣਾ ਲਈਆਂ, ਵੱਡੀਆਂ ਬਿਲਡਿੰਗਾਂ ਬਣਾ ਲਈਆਂ, ਸੁਰਤ ਰਹਿ ਜਾਣੀ ਹੈ ਇੱਥੇ ਪਿਆਰੇ, ਉਹ ਫਿਰ ਭੂਤ ਬਣ ਕੇ ਤੁਰਿਆ ਫਿਰਨਾ, ਇਹੀ ਦੁੱਖ ਦਾ ਕਾਰਨ ਬਣ ਜਾਣ। ਸਾਰੀਆਂ ਚੀਜ਼ਾਂ ਜਿੰਨੀਆਂ ਵੀ ਕਰਦਾ, ਜੇ ਨਾਲੇ ਨਹੀਂ ਜਾਂਦੀ ਫਿਰ ਦਬੜਾ ਤੁਸੀਂ ਕਾ ਜੋ ਖਰਚੇ, ਔਰ ਖਾਏ ਦੇਵੇ ਦਲਾਵੇ ਰਜਾਏ ਖਦਾਏ, ਹੋਤਾ ਨਾ ਰੱਖੇ ਚੇਲਾ ਨਾ ਗਾਏ, ਤੈ ਕੀਕ ਦਿਲਦਾਨੀ ਬਹੀ ਪਿਸਤ ਜਾਏ। ਦੱਸੋ, ਕਹਿੰਦਾ ਮਹਾਰਾਜ ਕਹਿੰਦੇ ਸੋਚ ਕੇ ਦੱਸੋ, ਉਹ ਨਾਮ ਜਿਹੜਾ ਇੱਕ ਵਾਰੀ ਕਹੇ ਤੇ ਤੇਰਾ ਛੁਟਕਾਰਾ ਹੋ ਜਾਣਾ, ਉਹਨੂੰ ਜਪਦਾ ਨਹੀਂ ਤੂੰ? ਕਹਿੰਦਾ ਜਪਦਾ, ਕਹਿੰਦੇ ਚਿੱਤ ਇੱਕ ਚਿੱਤ ਹੋ ਗਿਆ, ਕਹਿੰਦਾ ਨਾ ਮੇਰਾ ਮਨ ਨਹੀਂ ਟਿਕਦਾ। ਫਿਰ ਤੂੰ ਦੁਨੀਆਦਾਰੀ 'ਚ ਫਸਿਆ ਹੋਇਆ ਨਾ, ਤਾਂ ਤੇਰਾ ਮਨ, ਤੇਰੇ ਵਾਸ਼ਨਾ, ਤੇਰੇ ਫੁਰਨੇ ਦੁਨੀਆਦਾਰੀ ਦੇ ਵਿੱਚ ਘੁੰਮਦੇ ਨੇ, ਅਜੇ ਤਾਂ ਸੱਤ ਨਹੀਂ ਜਾਣਿਆ। ਨਾਮ ਦੀ ਮਹਿਮਾ ਤੇਰੇ ਹਿਰਦੇ 'ਚ ਨਹੀਂ ਵਸੀ, ਨਾਮ ਦੀ ਮਹਿਮਾ ਵਸਦੀ ਹੈ ਸੰਤਾਂ ਦੇ ਹਿਰਦੇ 'ਚ। ਨਾਮ ਕੀ ਮਹਿਮਾ? ਸੰਤ ਰਿਧ ਵਸੈ, ਸੰਤ ਪ੍ਰਸਾਦ ਦੁਰਤ ਸਭ ਦਸ, ਸੰਤ ਕਾ ਸੰਗ ਬਟਪਾਗੀ ਪਾਈ ਹੈ, ਸੰਤ ਕੀ ਸੇਵਾ ਨਾਮ 'ਤੇ ਆਈ। ਨਾਮ ਤੁਲ ਕੇ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ। ਮਹਿਮਾ ਨਾਮ ਸੁਣ ਕਰਕੇ ਆਦਮੀ ਸਵਾਸ ਖਾਲੀ ਲਈ ਜਾਂਦਾ। ਸਿੱਧਾ ਜਿਹਾ ਹਿਸਾਬ ਹੈ, ਅੰਦਰ ਨੂੰ ਸਾਹ ਜਾਂਦਾ ਵਾਹੇ ਕਹੀ ਜੋ, ਬਾਹਰ ਨੂੰ ਆਉਂਦਾ ਗੁਰੂ ਕਹੀ ਜੋ। ਬਹਿ ਕੇ ਦੇਖੋ ਚੁੱਪ ਕਰਕੇ, ਦੇਖੋ ਸਵਾਸ ਅੰਦਰ ਨੂੰ ਜਾ ਰਿਹਾ, ਮੈਂ ਚੁੱਪ ਕਰ ਜਾਣਾ। ਸਭ ਨੂੰ ਲੱਗ ਗਿਆ ਨਾ ਪਤਾ ਵੀ ਸਵਾਸ ਜਾ ਰਿਹਾ, ਵੀ ਹੁਣ ਅੰਦਰ ਨੂੰ ਜਾ ਰਿਹਾ, ਹੁਣ ਬਾਹਰ ਨੂੰ ਆ ਰਿਹਾ। ਇੰਨਾ ਬੇਵਕੂਫ ਤਾਂ ਕੋਈ ਵੀ ਨਹੀਂ, ਪਾਗਲੇ ਹੁੰਦੇ ਨੇ ਜਿਹਨੂੰ ਨਾ ਇਹ ਗੱਲ ਦਾ ਸਾਨੂੰ ਪਤਾ ਲੱਗੇ। ਹੁਣ ਜਿਹੜਾ ਅੰਦਰ ਨੂੰ ਜਾਂਦਾ ਹੈ, ਜੇ ਸਤਨਾਮ ਚੰਗਾ ਲੱਗਦਾ ਸਤਨਾਮ ਕਹਿ ਲਓ, ਵਾਹਿਗੁਰੂ ਬਾਹਰ ਨੂੰ ਸਾਹ ਆਉਂਦੇ ਕਹਿ ਲਓ, ਵਾਹਿਗੁਰੂ ਅੰਦਰ ਨੂੰ ਜਾਂਦੇ ਨੂੰ ਕਹਿ ਲਓ ਸਤਨਾਮ ਬਾਹਰ ਨੂੰ, ਕੋਈ ਫਰਕ ਨਹੀਂ ਪੈਂਦਾ। ਹੋਰ ਇਸ ਤੋਂ ਜੇ ਐਡਵਾਂਸ ਸਟੇਜ ਦਾ ਨਾਮ ਜਪਣਾ ਹੈ ਤਾਂ ਵਾਹੇ ਅੰਦਰ ਨੂੰ ਕਹੋ, ਗੁਰੂ ਬਾਹਰ ਨੂੰ ਕਹੋ, ਉਹ ਧੁਨ ਬਣ ਜਾਂਦੀ ਹੈ, ਸਾਹ ਜਾਂਦਾ ਅੰਦਰ ਨੂੰ। ਇਹਦੇ 'ਚ ਕੋਈ ਸਤੀਰ ਨਹੀਂ ਚੱਕ ਕੇ ਸਾਹ 'ਤੇ ਲੱਗਣਾ, ਇੱਕ ਖਿਆਲ ਇਹ ਹੈ ਨੱਕ ਦੇ ਮੂਹਰੇ ਖੜ ਜਾਓ ਸੁਰਤ ਦੇ ਨਾਲ, ਵਰਛਾ ਵਰਛਾ ਹੱਥ 'ਚ ਲੈ ਲਓ ਸੁਰਤ ਨਾਲ, ਬਈ ਮੈਂ ਖਾਲੀ ਸਾਹ ਅੰਦਰ ਨੂੰ ਜਾਣ ਹੀ ਦੇਣਾ, ਉੱਥੇ ਹੀ ਰੋਕ ਦੇਣਾ। ਪਹਿਰੇਦਾਰ ਦਾ ਕੰਮ ਹੁੰਦਾ ਨਹੀਂ ਰੋਕ ਜਾਣ ਦੇਣਾ, ਗੱਲ ਸਮਝੋ ਮੇਰੀ। ਐਵੇਂ ਗੁਰਦੁਆਰੇ ਆਈ ਜਾਂਦੇ ਹੋ, ਸੇਵਾ ਕਰੀ ਜਾਂਦੇ ਹੋ, ਕੰਮ ਦੀ ਗੱਲ ਤੁਹਾਡੇ ਪੱਲੇ ਨਹੀਂ ਪੈਂਦੀ? ਜੇ ਕੰਮ ਦੀ ਗੱਲ ਨਹੀਂ ਪੱਲੇ ਪੈਂਦੀ ਫਿਰ ਇਹ ਕੁਝ ਵੀ ਨਹੀਂ, ਇਹ ਤਾਂ ਬਰਿਆਈਆਂ ਹੋਈ ਰਹਿੰਦੀਆਂ, ਹੋਈ ਨਿੰਦਿਆ, ਹੋਈ ਚੁਗਲੀ, ਹੋਈ ਈਰਖਾ, ਹੋਈ ਫਿਕਰਾਂ, ਉਹ ਇੱਕ ਦੂਜੇ ਦਾ ਵੈਰ ਭਾਵ, ਕਿਉਂ ਨਾਮ ਨਹੀਂ ਅੰਦਰ ਚੱਲਿਆ? ਨਾਮ ਦੀ ਸੋਝੀ ਨਹੀਂ ਆਈ। ਹੁਣ ਅੰਦਰ ਨੂੰ ਸਾਹ ਜਾਂਦਾ ਵਾਹੇ ਕਹੋ, ਬਾਹਰ ਨੂੰ ਆਉਂਦਾ ਗੁਰੂ ਕਹੋ। ਸਿੱਧਾ ਜਿਹਾ ਹਿਸਾਬ ਹੈ, ਕਿੰਨੀ ਵਾਰੀ ਮੈਂ ਦੱਸਿਆ, ਐ ਕਰ ਲਿਆ ਕਰੋ, ਵਾਹੇ ਗੁਰੂ ਸਾਹ ਜਿੱਦਾਂ ਹੈ ਨਾ, ਉਹਦੇ ਅਖੀਰ ਤੱਕ ਵਾਹੇ ਕਰੋ, ਗੁਰੂ ਕਹੋ ਬਾਹਰ ਨੂੰ ਆਉਂਦਾ। ਪਰ ਪਹਿਰਾ ਦੋ, ਪਹਿਰੇ ਬਗੈਰ ਨਹੀਂ ਹੋਣਾ, ਮਨ ਨੱਠ ਜਾਏਗਾ, ਉੱਥੇ ਬੰਨ੍ਹ ਕੇ ਰੱਖੋ ਵੀ ਅੰਦਰ ਨੂੰ ਸਾਹ ਆਉਂਦਾ ਵੀ ਮੈਂ ਦੇਖਣਾ, ਬਾਹਰ ਨੂੰ ਜਾਂਦਾ ਵੀ ਦੇਖਣਾ, ਜੇ ਖਾਲੀ ਆਉਂਦਾ ਫਿਰ ਮੈਂ ਨਿਕਲ ਨਹੀਂ ਦੇਣਾ, ਜੇ ਖਾਲੀ ਅੰਦਰ ਨੂੰ ਜਾਂਦਾ ਉੱਥੇ ਹੀ ਰੋਕ ਦੇ। ਚਾਰ ਕੁ ਦਿਨ ਦਾ ਪਹਿਰਾ ਦੇ ਕੇ ਦੇਖ ਲਓ, ਆਪਣੇ ਆਪ ਹੀ ਸੈੱਟ ਹੋ ਜੀ। ਤੋ ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਨਾ ਜਪਦਾ ਮਰਨਾ ਜਾਹੀ, ਜਿਹਨਾਂ ਬਿਸਰਤ ਨਾਮ ਵੀ ਹੁਣ ਜੀਵਨ ਕੌਣ ਕਾਮ, ਐ ਪੜ੍ਹ ਲਓ।
ਇੱਥੇ ਨਾਮ ਜਪਣ ਵਾਸਤੇ ਸੀ, ਐਸਾ ਫਰਮਾਨ ਹੈ ਬਣ ਗਿਆ। Yeah.
ਨਹੀਂ, ਤੂੰ ਆਇਓ ਲਹਾ ਲੈ ਲੱਗਾ ਕਿਤੇ ਕੋ ਫੱਕੜੇ ਸਭ ਮੁਕਦੀ ਜਲਦੀ ਰਹਿ। ਉਮਰ ਰੂਪੀ ਰਾਤ ਤੇਰੀ ਰੋਜ਼ ਰੋਜ਼ ਮੁਕਦੀ। ਇਹ ਕੋਈ ਸ਼ੇਰ ਸੀ ਜੰਗਲ ਦੇ ਵਿੱਚ ਜਾ ਰਿਹਾ ਸੀ, ਰਸਤੇ ਵਿੱਚ ਦੇਖਿਆ ਉਸਨੇ ਚੋਰ ਬੈਠੇ ਨੇ, ਪੈਸਾ ਸੀ ਉਹਦੇ ਕੋਲ, ਉਹਨੇ ਕਿਹਾ ਵੀ ਮੈਂ ਰਸਤਾ ਬਦਲਣਾ। ਜਦ ਜੰਗਲ ਵਿੱਚ ਹੀ ਚੱਲਣ ਲੱਗਿਆ ਦੂਰ ਦੇਖਿਆ ਸ਼ੇਰ, ਜਦ ਦੇਖਿਆ ਵੀ ਸ਼ੇਰ ਤਾਂ ਮੇਰੇ ਵੱਲ ਨੂੰ ਆ ਰਿਹਾ। ਸਾਹਮਣੇ ਇੱਕ ਦਰਖਤ ਸੀ ਬੋਹੜ ਦਾ, ਹੋਰ ਤਾਂ ਕੁਛ ਨਾ ਹੋਇਆ, ਉਹ ਖੂਹ ਦੇ ਵਿੱਚ ਹਰਾ ਹੋਇਆ। ਬਹੁਤ ਸਾਰੇ ਪ੍ਰੇਮੀਆਂ ਨੂੰ ਪਤਾ ਖੂਹ ਦੀ ਮੌਣ ਵਿੱਚ ਬੋਹੜ ਹਰੇ ਹੋ ਜਾਇਆ ਕਰਦੇ ਨੇ, ਵੱਡੇ ਵੱਡੇ ਵੀ ਹੋ ਜਾਂਦੇ ਨੇ, ਟਾਣੇ ਉਹਨੇ ਕੱਢੇ ਹੋਏ ਸੀ। ਉਹਨੇ ਖੂਹ ਦੀ ਮੌਣ 'ਤੇ ਖੜੇ ਹੋ ਕੇ ਉਹਦੇ ਜੜ੍ਹਾਂ ਫੜ ਲਈਆਂ, ਜੜੀਆਂ ਖੂਹ ਵਿੱਚ ਲੜਕ ਰਹੀਆਂ, ਖੂਹ ਸੁੱਕਾ ਸੀ। ਸ਼ੇਰ ਆ ਕੇ ਖੜ ਗਿਆ ਵੀ ਜਦ ਬਾਹਰ ਨਿਕਲੂ ਮੈਂ ਜਦੇ ਖਾ ਲੈਣਾ। ਸ਼ੇਰ ਨੂੰ ਪਤਾ ਸੀ ਜੇ ਮੈਂ ਇਹਨੂੰ ਫੜਨ ਵਾਸਤੇ ਝਾਟਾ ਮਾਰਿਆ ਮੈਂ ਖੂਹ 'ਚ ਗਿਰ ਜਾਣਾ, ਇਹਨੇ ਵੀ ਗਿਰ ਜਾਣਾ, ਫਿਰ ਮੈਂ ਨਿਕਲ ਨਹੀਂ ਸਕਦਾ। ਉਹ ਮੌਣ 'ਤੇ ਹੀ ਪੈਰ ਰੱਖ ਕੇ ਖੜ ਗਿਆ। ਉਹਨੇ ਦੇਖਿਆ ਵੀ ਮੈਂ ਜੇ ਗਿਰ ਗਿਆ ਫਿਰ ਕੀ। ਉਹ ਹੇਠਾਂ ਦੇਖਿਆ ਤਾਂ ਇੱਕ ਵੱਡੀ ਸਰਾਲ ਮੂੰਹ ਹੱਟੀ ਬੈਠੀ ਆ ਵੀ ਗਿਰੇ ਹੁਣ ਗਿਰੇ ਹੁਣ ਮੈਂ ਨਿਕਾਲ ਲੈ। ਇਹਨੇ ਨੂੰ ਕੀ ਦੇਖਦਾ ਉੱਤੇ ਨੂੰ ਝਾਕਿਆ, ਇੱਕ ਕਾਲਾ ਚੂਹਾ ਹੈ ਇੱਕ ਚਿੱਟਾ ਚੂਹਾ। ਉਹ ਜਿਹੜੀ ਇਹਨੇ ਜੜ ਫੜੀ ਹੋਈ ਹੈ ਲੱਫੜ ਕਹਿੰਦੇ ਆ ਅਸੀਂ ਉਹਨੂੰ, ਲੱਫੜਾ ਆਪਣੀ ਆਪਣੀ ਬੋਲੀ ਹੈ, ਬਰੋਟਾ ਜੜਾਂ ਕੱਢ ਲੈਂਦਾ ਹੈ ਅਤੇ ਉਹਨੂੰ ਲੱਫੜਾ ਕਹਿੰਦੇ ਨੇ। ਉਹ ਜਿਹੜੀ ਫੜੀ ਹੋਈ ਹੈ ਉੱਥੇ ਇੱਕ ਚਿੱਟਾ ਚੂਹਾ ਇੱਕ ਕਾਲਾ ਚੂਹਾ ਉਹਨੂੰ ਕੱਟਣ ਲੱਗੇ ਪਏ ਨੇ। ਉਹਨੇ ਕਿਹਾ ਵੀ ਆਹ ਤਾਂ ਕੱਟ ਦੇਣਗੇ, ਪਰ ਕਿਹਾ ਵੀ ਦੰਦੀਆਂ ਛੋਟੀ ਛੋਟੀਆਂ ਹੈਗੀਆਂ, ਬੜਾ ਦੇਰ ਟਾਈਮ ਲੱਗਣਾ ਇਹਨੂੰ ਕੱਟਦਿਆਂ, ਜਦ ਨੂੰ ਇਹ ਸ਼ੇਰ 'ਚ ਰਹਿ ਜਾਊ ਮੈਂ ਝਟਕਾ ਮਾਰ ਕੇ ਬਾਹਰ ਨਿਕਲ ਜਾਊ। ਉੱਤੇ ਸ਼ਹਿਰ ਦਾ ਛੱਤਾ ਲੱਗਿਆ ਹੋਇਆ, ਉਹ ਛੱਤੇ ਦੇ ਵਿੱਚੋਂ ਸ਼ਹਿਰ ਦਾ ਜ਼ੋਰ ਇੰਨਾ ਹੈ ਉਹ ਕਤਰਾ ਕਤਰਾ ਹੋ ਕੇ ਥੱਲੇ ਨੂੰ ਗਿਰਦਾ। ਇਹਨੇ ਮੂੰਹ ਤੈਨੂੰ ਚੱਕਿਆ ਇਹਦੇ ਮੂੰਹ ਵਿੱਚ ਪੈ ਗਿਆ, ਬਸ ਭੁੱਲ ਗਿਆ ਸਭ ਕੁਛ, ਨਾ ਇਹ ਪਤਾ ਵੀ ਚੂਹੇ ਕੱਟ ਦੇਣਗੇ, ਨਾ ਸ਼ੇਰ ਦਾ ਡਰੇ ਨਹੀਂ ਸੀ ਉਹਨੂੰ। ਉਹ ਜੜ ਇਹੋ ਜਿਹੀ ਸੀ, ਉਹਦੇ ਉੱਤੇ ਪੈਰ ਲਾ ਕੇ ਖੜ ਗਿਆ ਆਰਾਮ ਦੇ ਨਾਲ, ਥੱਕਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਬੂੰਦ ਆਉਂਦੀ ਹੈ ਮੂੰਹ ਐਂ ਕਰਕੇ ਮੂੰਹ ਹੱਟ ਲੈਂਦਾ ਉਹਦੇ ਵਿੱਚ ਪੈ ਜਾਂਦੀ। ਅਖੀਰ ਹੋਇਆ ਕਿ ਆਹਿਸਤਾ ਆਹਿਸਤਾ ਉਸ ਕਾਲੇ ਅਤੇ ਚਿੱਟੇ ਚੂਹੇ ਨੇ ਉਹ ਜੜ ਕੱਟ ਦਿੱਤੀ ਬੋਰਡ ਦੀ ਅਤੇ ਉਹ ਥੱਲੇ ਗਿਰ ਗਿਆ, ਗਿਰਦਾ ਹੀ ਸਰਾਲ ਨੇ ਨਿਗਾਰ ਲਿਆ। ਇਹ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਦਾ ਕੀ ਹੈ, ਇਹ ਜੀਵ ਨਾਮ ਦਾ ਧਨ ਲੈ ਕੇ ਸੰਸਾਰ 'ਚ ਆਇਆ। ਮਹਾਰਾਜ ਕਹਿੰਦੇ ਪਿਆਰਿਆ ਤੈਨੂੰ ਨਹੀਂ ਪਤਾ ਤੂੰ ਇੰਨਾ ਧਨੀ ਹੈ, ਇੰਨਾ ਧਨੀ ਹੈ ਕਿ ਤੇਰਾ ਮੁਕਾਬਲਾ ਦੁਨੀਆਂ 'ਚ ਕੋਈ ਨਹੀਂ ਕਰ ਸਕਦਾ, ਕਿਉਂਕਿ ਤੇਰੇ ਕੋਲ ਨਾਮ ਦਾ ਧਨ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ, ਤੇਰੇ ਅੰਦਰ ਪਿਆ ਨਾਮ ਦਾ ਧਨ। ਨੌਨੇ ਦਾ ਮਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਅਨਾਤ ਅਨਾਦ ਕਹਿ ਨਾ ਜਾਈਏ ਚਾਰਜ ਵਿਸਮਾਤ। ਪਰ ਉਹ ਨਾਮ ਧਨ ਨੂੰ ਜਗਿਆਸੂ ਜਾਂਦਾ ਹੈ, ਨਾਮ ਦਾ ਧਨ ਹੈ। ਪੰਜ ਚੋਰ ਲੱਗੇ ਹੋਏ ਨੇ ਬੈਠੇ ਨੇ ਘਾਟ ਲਾਈ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਓਂਕਾਰਾ। ਉਹ ਕੰਮ ਕੀ ਕਰਦੇ ਨੇ, ਅੰਮ੍ਰਿਤ ਲੁੱਟ ਲੈਂਦੇ ਨੇ, ਨਾਮ ਦਾ ਧਨ ਲੁੱਟਦੇ ਆ। ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਉਹ ਡੱਟ ਕੇ ਬਚਣ ਵਾਸਤੇ ਜਦ ਅੱਗੇ ਗਿਆ ਤਾਂ ਸ਼ੇਰ ਆ ਗਿਆ, ਉਹਨੇ ਜਾ ਕੇ ਜੜ ਫੜ ਲਈ। ਜੜ ਦੇ ਉੱਤੇ ਕਾਲਾ ਚੂਹਾ ਹੈ ਇੱਕ ਚਿੱਟਾ ਚੂਹਾ ਹੈ, ਕਾਲਾ ਚੂਹਾ ਰਾਤ ਨੂੰ ਕਹਿੰਦੇ ਨੇ, ਚਿੱਟਾ ਚੂਹਾ ਦਿਨ ਨੂੰ ਕਹਿੰਦੇ ਨੇ। ਰਾਤ ਪੈ ਜਾਂਦੀ ਹੈ ਦਿਨ ਆ ਜਾਂਦਾ, ਰਾਤ ਪੈ ਜਾਂਦੀ ਹੈ ਦਿਨ ਆ ਜਾਂਦਾ, ਰਾਤ ਪੈ ਜਾਂਦੀ ਹੈ 365 ਰਾਤਾਂ 365 ਦਿਨ ਲੰਘੇ,
ਇਹ ਕਮਲੀ ਦੁਨੀਆ ਕਹਿੰਦੀ ਹੈ ਜੀ ਮੇਰਾ ਬਰਥਡੇ ਆ ਗਿਆ, ਮੇਰਾ ਬਰਥਡੇ ਆ ਗਿਆ, ਮਨਾਓ ਇਹਨੂੰ, ਪੈਸਾ ਖਰਚਦੇ ਨੇ, ਰਿਸ਼ਤੇਦਾਰਾਂ ਨੂੰ ਬੁਲਾਉਂਦੇ, ਕੇਕ ਕੱਟਦੇ ਨੇ, ਮੇਰਾ ਬਰਥਡੇ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਇਹ ਨਹੀਂ ਪਤਾ ਵੀ ਮੇਰਾ ਇੱਕ ਤਾਂ ਇੱਕ ਸਾਲ ਘੱਟ ਗਿਆ, ਉਹ ਸਾਲ ਨੇ ਤਾਂ ਮੁੜ ਕੇ ਆਉਣਾ ਹੀ ਨਹੀਂ, ਲੰਘ ਗਿਆ ਨਾ ਮੁੜ ਕੇ, ਇਹ ਠਹਿਰਨ ਜਾਂਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਲੰਘਿਆ ਹੋਇਆ ਨਹੀਂ ਆਉਂਦਾ, ਇੱਕ ਸਾਲ ਲੰਘ ਗਿਆ, ਦੋ ਲੰਘ ਗਿਆ ਜੀ, ਮੇਰਾ ਚਾਲੀਵਾਂ ਬਰਥਡੇ ਆ ਜੀ, ਹੁਣ ਮੇਰਾ ਪੰਜਾਹਵਾਂ ਹੈ, ਮੈਂ ਸਿਲਵਰ ਜੁਬਲੀ ਕਰਨੀ ਹੈ ਜੀ, ਅੱਧਾ ਮੈਂ ਪਹੁੰਚ ਗਿਆ 100 ਸਾਲ ਦੇ ਅੰਦਰ, ਕਿੰਨਾ ਕੁ ਰਹਿ ਗਿਆ ਬਾਕੀ ਉਹਦਾ ਫਿਕਰ ਕਰ, ਇਹ ਤਾਂ ਐਵੇਂ ਲੰਘ ਗਿਆ ਤੇਰਾ ਸਾਰਾ ਸਮਾਂ। ਜਾਨੀ ਜਾਨਤ ਸੁੱਚ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਬਦ ਘਟਦਾ, ਮੋਰ ਮੋਰ ਕਰ ਅਧਕ ਲਾੜ ਤਰ ਪੇਖ ਥੀ ਜਮ ਰਾਮ ਹੱਸੇ, ਜਮ ਹੱਸਦਾ ਇਹ ਕਿਹਾ ਜਾ ਮੂਰਖ ਹੈ, ਇਹਨੂੰ ਮੇਰਾ ਪਤਾ ਨਹੀਂ ਹੈ। ਕਹਿੰਦੇ ਪਿਆਰਿਆ ਦਿਨ ਤੇ ਰਾਤ ਰੂਪੀ ਚੂਹੇ ਤੇਰੇ ਉਮਰ ਦੀ ਡੋਰ ਕੱਟ ਰਹੇ, ਜਦ ਕੱਟ ਗਈ ਫੇਰ ਤਾਂ ਖੂਹ ਵਿੱਚ ਕਾਲ ਦੇ ਮੂੰਹ ਚ ਜਾ ਪੈਣਾ, ਉਦੋਂ ਪਹਿਲਾਂ ਪਹਿਲਾਂ ਕਰ ਲੈ, ਪਰ ਹੁੰਦਾ ਕੀ ਹੈ, ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਵੇਗ ਉੱਠਦਾ ਜਾ, ਕਾਟਾ ਜਿੱਥੇ ਪੈਂਦਾ ਉੱਥੇ ਨੱਠਿਆ ਹੀ ਜਾਂਦਾ, ਜਿੱਥੇ ਲਾ ਆਉਣਾ ਸਤਸੰਗ ਦੇ ਅੰਦਰ ਉੱਥੇ ਆਉਂਦਾ ਨਹੀਂ। ਉਹ ਬਾਤ ਸਮਝੋ ਜੋ ਗੁਰੂ ਮਹਾਰਾਜ ਸਮਝਾਉਂਦੇ ਆ, ਕਹਿੰਦੇ ਜਿਨ ਐਸਾ ਨਾਮ ਨਾ ਦਿੱਤੇ ਉਹ ਸਿਕਾਏ ਜਾ ਗਏ ਰਾਮ ਰਾਜ, ਔਖਾ ਕੋਈ ਨਾਮ ਜਪਣਾ, ਇਰਾਦਾ ਚਾਹੀਦਾ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਸਹਿਜ ਨਾਲ, ਅਨਿੰਦਰਾ ਲੈ ਕੇ ਨਾ ਉੱਠੋ, ਅਨਿੰਦਰਾ ਲੈ ਕੇ ਸੋਚੀ ਨਹੀਂ ਲੱਗਿਆ ਕਰਦੀ, ਕਿਸੇ ਕਿਸੇ ਦੀ ਲੱਗਦੀ ਆ, ਉਹ ਪ੍ਰੈਕਟਿਸ ਜ਼ਿਆਦਾ ਹੁੰਦੀ ਆ ਉਹਨਾਂ ਦੀ, ਨੀਂਦ ਲਓ ਪੂਰੀ ਲੈ ਕੇ ਉੱਠੋ, ਫਿਰ ਇੰਤਜ਼ਾਮ ਕਰੋ ਵੀ ਮੈਂ ਹੁਣ 2-2.5 ਘੰਟੇ ਬੰਦਗੀ ਕਰਨੀ ਹੈ,
ਇਕਾਂਤ ਥਾਂ ਘਰ ਵਿੱਚ ਹੁੰਦੀ ਹੈ, ਬੱਚੇ ਪੜ੍ਹਨ ਚਲੇ ਗਏ ਸਕੂਲ, ਇਕਾਂਤ ਥਾਂ ਜਗ੍ਹਾ ਮਿਲ ਗਈ, ਨਾ ਦਰਵਾਜ਼ਾ ਖੋਲ੍ਹੇ, ਅੜੋਸਣਾ ਪੜੋਸਣਾ ਆਉਂਦੀ ਹੈ, ਕੀ ਹਾਲ ਹੈ, ਰਾਤ ਕਿਵੇਂ ਹੋਇਆ, ਫਲਾਣੇ ਤੋਂ ਕੀ ਹੋਇਆ, ਆਹ ਗੱਲ ਸੁਣੀ ਹੈ, ਉਹ ਤਾਂ ਚ ਨਾ ਜਾਇਆ ਕਰੇ ਟਾਈਮ, ਦਰਵਾਜ਼ਾ ਕਰ ਲਏ ਬੰਦ, ਅੰਦਰ ਬੈਠ ਜੇ ਚੌਂਕਣਾ ਮਾਰ ਭਜਨ ਕਰੇ। ਸਿੱਧਾ ਹਿਸਾਬ ਹੈ, ਅੰਦਰ ਨੂੰ ਸਾਹ ਜਾਂਦਾ ਵਾਹਿ ਕਹੀ ਜੋ, ਬਾਹਰ ਨੂੰ ਆਉਂਦਾ ਗੁਰੂ ਕਹੀ ਜੋ। ਅਗਲਾ ਰਸਤਾ ਸੰਤ ਦੱਸ ਦਿੰਦੇ ਨੇ ਜੋ ਦੇਖਦੇ ਨੇ ਵੀ ਹਾਂ ਇਹ ਨਾਮ ਜਪਦਾ, ਹੌਲੀ ਹੌਲੀ ਨਾਮ ਇਹ ਆਪਣਾ ਰਸਤਾ ਆਪੇ ਕੱਢ ਲੈਂਦਾ, ਕਿਸੇ ਦੀ ਗੱਲ ਨਾ ਸੁਣੇ। ਅਤੇ ਮਹਾਰਾਜ ਕਹਿੰਦੇ ਇਹ ਜੇ ਚੇਤਿਆ ਨਹੀਂ ਇਹਦਾ ਕਿੰਨਾ ਫਾਇਦਾ ਹੈ, ਸਭ ਫਾਇਦੇ ਹੀ ਫਾਇਦੇ ਨੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਨਮ, ਪ੍ਰਭ ਕਹਿ ਸਿਮਰਨ ਕਾਲ ਪਰਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਪਰ, ਪ੍ਰਭ ਸਿਮਰਤ ਕਿਸ ਵਿਘਨ ਨਾ ਲੱਗੈ, ਪ੍ਰਭ ਕਹਿ ਸਿਮਰਨ ਆਂਦਨ ਜਾ, ਪ੍ਰਭ ਕਹਿ ਸਿਮਰਨ ਸਾਧ ਕੇ ਸਨ। ਇਕੱਲੇ ਦੇ ਨਹੀਂ ਨਾਮ ਜਪ ਹੁੰਦਾ, ਸਾਧੂ ਦੀ ਸੰਗਤ ਚਾਹੀਦੀ ਹੈ ਤਾਂ ਨਾਮ ਜਪ ਹੁੰਦਾ, ਕਿਉਂਕਿ ਜਿਹੜੀ ਮਾਇਆ ਹੈ ਨਾ ਇਹ ਸੁੱਟ ਲੈਂਦੀ ਹੈ, ਭੁਲਾ ਦਿੰਦੀ ਹੈ, ਸਿਰਫ ਸਾਧੂਆਂ ਤੋਂ ਡਰਦੀ ਹੈ। ਨਹੀਂ ਤਾਂ ਕੋਈ ਸੰਸਾਰ ਦਾ ਬੰਦਾ ਨਹੀਂ ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਭ ਸਵਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ਼, ਹਮ ਸਤਿਗੁਰ ਰੱਖੇ ਦੇ ਕਰ ਹੱਥ। ਗਿਆਨੀ ਕੀ ਹੋਏ ਵਰਤੀ ਦਾਸ, ਦਾਸ ਬਣ ਜਾਂਦੀ, ਹੱਥ ਬੰਨ ਕੇ ਖੜ ਜਾਂਦੀ ਹੈ, ਮਾਇਆ ਉਹਨੂੰ ਭੁਲਾਉਂਦੀ ਨਹੀਂ, ਜਿਹਨੂੰ ਉਹ ਕਹਿ ਦੇ ਇਹਨੂੰ ਨਾ ਭੁਲਾਈ ਉਹਨੂੰ ਨਹੀਂ ਭੁਲਾਉਂਦੀ। ਕਰ ਜੋੜ ਸੇਵਾ ਕਰੇ ਅਰਦਾਸ, ਹੱਥ ਜੋੜ ਕੇ ਸੇਵਾ ਕਰਦੀ ਹੈ ਅਤੇ ਅਰਦਾਸ ਕਰਦੀ ਹੈ, ਜੋ ਤੂੰ ਕਹੇ ਸੋ ਕਾਰ ਕਮਾਵਾਂ, ਦੱਸ ਤਾਂ ਸਹੀ ਮੈਂ ਕੀ ਕੰਮ ਕਰਾਂ। ਜਨ ਨਾਨਕ ਗੁਰਮੁਖ ਨੇੜ ਨਾ ਆਵਾ, ਮੈਂ ਬੰਦਗੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ, ਐਂ ਬਣ ਲਓ। ਸਾਧੂ ਦੀ ਸੰਗਤ ਜਾਵੇ ਤਾਂ ਮਾਇਆ ਤੋਂ ਬਚਦਾ, ਫਿਰ ਨਾਮ ਚੱਲਦਾ।
ਕਿਸੇ ਦੇ ਬੇਅੰਤ ਰੂਪ ਨੇ, ਕਿਤੇ ਬੱਚਾ ਬਣੀ ਹੋਈ ਹੈ, ਕਿਤੇ ਇਸਤਰੀ ਬਣੀ ਹੋਈ ਹੈ, ਕਿਤੇ ਧਨ ਬਣੀ ਹੋਈ ਹੈ, ਕਿਤੇ ਪਰਵਤਾ ਬਣੀ ਹੋਈ ਹੈ, ਅਨੇਕਾਂ ਚੀਜ਼ਾਂ, ਕਿਤੇ ਇੰਡਸਟਰੀ ਹੈ, ਕਿਤੇ ਜ਼ਮੀਨ ਹੈ, ਕਿਤੇ ਜੋ ਕੁਛ ਵੀ ਹੈ ਵਾਹਿਗੁਰੂ ਤੋਂ ਬਿਨਾਂ, ਉਹ ਸਭ ਮਾਇਆ ਜਿੰਨਾ ਕੁਛ ਨਜ਼ਰ ਆਉਂਦਾ। ਜਿਹੜਾ ਨਜ਼ਰ ਨਹੀਂ ਆਉਂਦਾ ਇਹ ਮਾਇਆ ਦੇ ਓਹਲੇ, ਉਹ ਵਾਹਿਗੁਰੂ ਹੈ, ਸਿੱਧਾ ਹੀ ਸਾਫ ਹੈ, ਉਹ ਕਿਤੇ ਦੂਰ ਨਹੀਂ ਗਿਆ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਪਿਆਰਿਆ ਜਿਨੈਸਾ ਨਾਮ ਨਾ ਚੇਤੇ ਉਸੇ ਕਾਹੇ ਜੱਗ ਆਏ ਰਾਮ ਰਾਜ। ਇੰਨੇ ਫਾਇਦੇ ਹੁੰਦੇ ਹੋਏ ਤੂੰ ਵਾਹਿਗੁਰੂ ਦਾ ਧਿਆਨ ਨਹੀਂ ਕਰਦਾ, ਉਹਨੂੰ ਚਿੱਤ 'ਚ ਨਹੀਂ ਵਸਾਉਂਦਾ, ਫਿਰ ਤੇਰੇ ਆਉਣ ਦਾ ਕੀ ਫਾਇਦਾ? ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬੱਤੇ ਯਾਰ ਨਾਮ ਨਾ ਬੀਜਿਆ, ਅੱਗੇ ਭੁੱਖਾ ਕਿਆ ਖਾਏ, ਅੱਗਾ ਵੀ ਆਇਆ ਪਿਆ ਉੱਥੇ ਕੀ ਖਾਵੇਗਾ, ਭੁੱਖਾ ਮਰੇਗਾ, ਰੋਵੇਗਾ, ਪਰ ਫਿਰ ਬਣਨਾ ਨਹੀਂ ਕੁਛ। ਭੁੱਖਾ ਕਿਆ ਖਾਏ, ਕੀ ਖਾਵੇਗਾ ਪਿਆਰਿਆ, ਜਵਾਬ ਤਾਂ ਦੇ।
ਨਾਮ ਦੀ ਨਾਮ ਜਪਣ ਕੀ ਵੇਲਾ ਪੈ ਪੈ ਸੋਇਆ, ਪਾਪ ਕੀ ਵੇਲਾ ਉੱਠ ਖਲੋਇਆ। ਹੁਣ ਸੁੱਤਾ ਪਿਆ ਜਗਾਇਆ ਨਹੀਂ ਜਾਗਦਾ, ਸੰਤ ਹਾਕਾ ਮਾਰਦੇ ਕਹਿੰਦੇ ਹੁਣ ਬੱਤੇ ਯਾਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਹੁਣ ਬੱਤ ਲੱਗੀ ਹੋਈ ਆ ਨਾਮ ਬੀਜਣ ਦੀ, ਮਨ ਜਨਮ ਮਿਲਿਆ ਹੋਇਆ, ਫਿਰ ਕੀ ਖਾਏਗਾ, 83,99,999 ਜੂਨਾਂ ਤੋਂ ਡਰ ਗਲ ਪੈ ਜਾਣਗੀਆਂ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ। ਮਨਮੁੱਖਾਂ ਨੂੰ ਫੇਰ ਜਨਮ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਜਨਮ ਹੈਗਾ। ਮਨਮੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰਤ ਲਿਆ। ਸੋ ਇਸ ਤਰ੍ਹਾਂ ਦੇ ਨਾਲ ਮਾਤਾ ਕਹਿਣ ਲੱਗੀ, ਬੇਟਾ ਜਿਹੜਾ ਕੰਮ ਆਪਾਂ ਕਰਨਾ ਸੀ ਨਾ ਨਾਮ ਜਪਣ ਦਾ, ਉਹ ਕਰ ਨਾ ਸਕੇ, ਤਪ ਤਾਂ ਕਰਿਆ ਲੇਕਿਨ ਨਾਮ ਨਹੀਂ ਜਪਿਆ। ਨਾਮ ਜਪੇ ਤੇ ਬਿਨਾਂ ਇਹ ਚੀਜ਼ ਪ੍ਰਾਪਤ ਨਹੀਂ ਹੁੰਦੀ। ਸੋ ਇਸ ਤਰ੍ਹਾਂ ਦੇ ਨਾਲ ਜੋ ਆਪਸ ਵਿੱਚ ਵਿਚਾਰ ਕਰਦੇ ਹਾਂ, ਪੜੋ ਗਿਆ ਸੁਹਾਣੀਆਂ ਜਨਮ ਦੀ ਨਾਮ ਨਾ ਭਗਤੀ ਕਰਨ ਦਿੱਤਾ, ਨਾਮ ਨਹੀਂ ਜਪਿਆ, ਭਗਤੀ ਨਹੀਂ ਕਰੀ, ਤਪ ਦਾ ਦਾਨ ਦਾ ਫਲ ਮਿਲ ਗਿਆ, ਰਾਜੇ ਦੇ ਘਰ ਤੂੰ ਵੀ ਪੈਦਾ ਹੋ ਗਿਆ, ਮੈਂ ਵੀ ਹੋ ਗਈ, ਪਰ ਰਾਜ ਜੋਗੀ ਭਗਤੀ ਨਹੀਂ ਆਪਾਂ ਤੇ ਹੋਈ, ਇਸ ਕਰਕੇ ਤੇਰਾ ਨਿਰਾਦਰ ਹੋਇਆ। ਇਸ ਤਰ੍ਹਾਂ ਦੇ ਬਚਨ ਕਰਦੇ, ਹੁਣ ਸਮਾਂ ਜਾ ਨਹੀਂ ਦਿੰਦਾ, ਕੱਲ੍ਹ ਨੂੰ ਫਗਣ ਦੀ ਸੰਗਰਾਮ ਹੈ, ਮਾ ਕੇ ਆਓ ਅਤੇ ਜੋ ਬਚਦੀਆਂ ਵਿਚਾਰਾਂ ਨੇ ਕੱਲ੍ਹ ਨੂੰ ਕਰਾਂਗੇ, ਜੋ ਗੁਰੂ ਮਹਾਰਾਜ ਨੇ ਕਰਾਈਆਂ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਦੇ ਲੋਕ ਆਏ, ਕੋਈ ਜਵਾਨ ਐਸੀ ਨਾ ਰਹੇ ਜਿਹੜਾ ਨਹੀਂ ਬੋਲਦਾ, ਉਹਦੇ ਬਾਅਦ ਸਾਰੇ ਪ੍ਰੋਗਰਾਮ ਸੁਣੋ, ਫਿਰ ਲੰਗਰ ਛਕੋ, ਫਿਰ ਜਾਣ ਦੀ ਤਿਆਰੀ ਕਰੋ। Yeah.
ਸਵਾਮੀ ਰਾਮ ਦੀ ਮਾਰ ਉਹਨਾਂ ਦੀ ਯਾਦ ਦੇ ਵਿੱਚ ਜਦੋਂ ਆਵਾਜ਼ਾਂ ਆਏ